ਜਸ ਪੰਜਾਬੀ ਦੇਖਦੇ ਹੋਏ ਸਾਇਦ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆ ਬ੍ਰੀਸ ਸਤਿ ਸ਼੍ਰੀਕਾਲ ਤੁਹਾਡਾ ਸਵਾਗਤ ਅੱਜ ਦਾ ਪ੍ਰੋਗਰਾਮ ਮੁੱਦਾ ਦੇ ਵਿੱਚ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਆਮ ਜਿਸ ਤਰ੍ਹਾਂ ਮੇਰਾ ਦਿਮਾਗ ਥੋੜਾ ਜਿਹਾ ਸਲਿੱਪ ਹੋਇਆ ਹੈ ਇਸ ਬ੍ਰਾਡਕਾਸਟ ਨੂੰ ਲੈ ਕੇ ਆਈ ਥਿੰਕ ਪੂਰੀ ਅਮਰੀਕਾ ਦੀ ਮਾਈਂਡਸੈਟ ਇਸ ਚੀਜ਼ ਨੂੰ ਮਹਿਸੂਸ ਕਰ ਰਹੀ ਹੈ ਬਿਕੋਜ਼ ਹਲੇ ਤੱਕ ਸਾਨੂੰ ਨਹੀਂ ਪਤਾ ਕਿ ਸਾਡਾ ਨੈਕਸਟ ਪ੍ਰੈਜ਼ੀਡੈਂਟ ਕੌਣ ਹੋਏਗਾ ਅੰਦਾਜ਼ਾ ਹੈ ਲੋਕਾਂ ਨੂੰ ਬਟ ਕਲੀਅਰਲੀ ਡਿਫੀਨਿਟਿਵਲੀ ਆਪਾਂ ਕਹਿ ਸਕਦੇ ਆ ਅਫੀਸ਼ੀਅਲ ਤੌਰ ਤੇ ਕੋਈ ਅਨਾਉਂਸਮੈਂਟ ਨਹੀਂ ਹੋਈ ਇਸ ਪ੍ਰੈਜ਼ੀਡੈਂਸੀ ਨੂੰ ਲੈ ਕੇ ਐਂਡ ਕਾਫੀ ਆਪਾਂ ਕਹਿ ਸਕਦੇ ਆ ਅੰਸਰਟੇਨਟੀ ਹਰੇਕ ਨੂੰ ਮਹਿਸੂਸ ਹੋ ਰਹੀ ਹੈ ਡੈਫੀਨਟਲੀ ਸਾਡੇ profession ਦੇ ਵਿੱਚ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਸਟ्रेस ਮਹਿਸੂਸ ਹੋ ਰਿਹਾ ਇਸ ਚੀਜ਼ ਨੂੰ ਲੈ ਕੇ um ਇਨ ਫੈਕਟ ਪੂਰੇ ਕੰਟਰੀ ਦੇ ਵਿੱਚ ਇਸ ਵੇਲੇ ਪ੍ਰੋਟੈਸਟ ਵੀ ਹੋ ਰਹੀਆਂ ਆ ਬੈਲਟਸ ਦੀ ਗਿਣਤੀ ਨੂੰ ਲੈ ਕੇ ਸੋ um ਵਕ ਵਕ ਤੁਹਾਡੇ ਲਈ ਅਪਡੇਟਸ ਮੈਂ ਅੱਜ ਲੈ ਕੇ ਆਈਆਂ ਬਟ ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਫਾਰਮੈਟ ਡਿਫਰੈਂਟ ਰੱਖਣਾ ਚਾਹੁੰਦੀ ਆ ਅੱਜ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਆ ਬਿਕੋਜ਼ ਇੱਕ ਬਹੁਤ ਇੰਪੋਰਟੈਂਟ ਚੀਜ਼ ਬਾਰੇ ਅੱਪਾ ਅੱਜ ਗੱਲ ਕਰਾਂਗੇ ਆ ਜੋ ਇਸ ਇਲੈਕਸ਼ਨ ਦੇ ਵਿੱਚ ਆਪਾਂ ਕਹਿ ਸਕਦੇ ਆ ਬਹੁਤ ਹੀ ਵੱਡੇ ਲੈਵਲ ਤੇ ਜਿੱਤੀ ਹੈਗੀ ਬਟ ਬਿਫੋਰ ਆਈ 겟 देयर ਅਮ ਬਿਫੋਰ ਵੀ ਟਾਕ ਅਬਾਊਟ ਜੋ ਸਾਰੀ ਯੂ ਨੋ ਤੁਸੀਂ ਕਹਿ ਸਕਦੇ ਹੋ ਸਟ्रेसਫੁਲ ਖਬਰਾਂ ਹੈਗੀਆਂ ਆਈ ਵਾਂਟ ਟੂ ਸਟਾਰਟ ਬਾਈ ਟਾਕਿੰਗ ਅਬਾਊਟ ਨਿਵਾਦਾ ਸੋ ਕੱਲ ਪ੍ਰੋਗਰਾਮ ਦੀ ਐਪਸਮਾਪਤੀ ਕੀਤੀ ਸੀ ਥੈ ਨਿਵਾਦਾ ਅਗਰ ਜੋ ਬਾਈਡਨ ਦੇ ਹੱਕ ਦੇ ਵਿੱਚ ਜਾਂਦਾ ਹੈ ਮੋਸਟ ਲਾਈਕਲੀ ਉਹ ਪ੍ਰੈਜ਼ੀਡੈਂਸੀ ਵੀ ਉਹਨਾਂ ਦੇ ਹੱਕ ਦੇ ਵਿੱਚ ਜਾਊਗੀ that ਉਹਨਾਂ ਨੂੰ ਪੈਂਸਿਲਵੇਨੀਆ ਦੀ ਵੀ ਲੋਡਣੀ ਹੈ ਉਹਨਾਂ ਨੂੰ ਜਾਰਜਿਆ ਨਾਰਥ ਕਰਲਾਈਨਾ ਦੀ ਵੀ ਲੋਡਣੀ ਹੈ ਬਟ ਇਹ ਸਾਡੀ ਤੁਸੀਂ ਕਹਿ ਲਓ ਅਸਮਪਸ਼ਨ ਸੀਗੀ ਅਸੂਮਿੰਗ ਥੈਟ ਅਰੀਜ਼ੋਨਾ ਬਾਈਡਨ ਦੇ ਹੱਕ ਵਿੱਚ ਆਲਰੇਡੀ ਹੈਗਾ ਐਂਡ ਥੈਟ ਜੋ ਬਾਈਡਨ ਜਿਨ੍ਹਾਂ ਨੂੰ 270 ਪੁਆਇੰਟਸ ਚਾਹੀਦੇ ਸੀ 264 ਉਹਨਾਂ ਦੇ ਕੋਲ ਆਲਰੇਡੀ ਹੈ 올 ਦੇ ਨੀਡ ਇਜ਼ ਨਵਾਡਾ ਜਿਹਦੇ 6 ਪੁਆਇੰਟਸ ਉਹਨਾਂ ਨੂੰ ਐਗਜ਼ੈਕਟਲੀ 270 ਤੱਕ ਪਹੁੰਚਾ ਦੇਣਗੇ ਹਲੇ ਤੱਕ ਨਵਾਡਾ ਦੇ ਵਿੱਚ ਗਿਣਤੀ ਖਤਮ ਨਹੀਂ ਹੋਈ ਇਨ ਫੈਕਟ ਇੰਨਾ ਇਹ ਵੱਡਾ ਤੁਸੀਂ ਕਹਿ ਲਓ ਡਿਬਾਕਲ ਬਣ ਚੁੱਕਿਆ ਪੂਰੀ ਦੁਨੀਆ ਇਸ ਚੀਜ਼ ਤੇ ਹਸੀ ਮਜ਼ਾਕ ਕਰ ਰਹੀ ਹੈ ਇਨਫੈਕਟ ਮੈਂ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਇਹ ਕਿਸ ਤਰ੍ਹਾਂ ਦਾ ਹਸੀ ਮਜ਼ਾਕ ਹੋ ਰਿਹਾ ਬਿਕੋਜ਼ ਯੂ نو ਇਸ ਚੀਜ਼ ਨੂੰ ਲੈ ਕੇ ਹਰ ਇੱਕ ਨੂੰ ਇਹ ਟੈਨਸ਼ਨ ਮਹਿਸੂਸ ਹੋ ਰਹੀ ਹੈ ਸਾਨੂੰ ਟੈਨਸ਼ਨ ਮਹਿਸੂਸ ਹੋ ਰਹੀ ਹੈ ਬਾਰ ਬਾਰ ਤੁਸੀਂ ਨਿਊਜ਼ ਨੂੰ ਚੈੱਕ ਕਰਦੇ ਹੋ ਅਖਬਾਰਾਂ ਨੂੰ ਚੈੱਕ ਕਰਦੇ ਹੋ ਆਪਣੀ ਵੈਬਸਾਈਟਸ ਨੂੰ ਰੀਫਰੈਸ਼ ਕਰਦੇ ਹੋ ਤੇ ਖਬਰ ਤਾਂ ਕੋਈ ਹੈਗੀ ਨਹੀਂ ਇਸ ਚੀਜ਼ ਨੂੰ ਲੈ ਕੇ ਬਟ ਇੰਟਰਨੈਟ ਤੇ ਜੋ ਆਪਾਂ ਕਹਿ ਸਕਦੇ ਆ ਮੀਮਸ ਹੁੰਦੇ ਆ ਰਾਈਟ ਜੋ ਪਿਕਚਰਾਂ ਤੇ ਵਰਡਸ ਲਗਾ ਕੇ ਚੀਜ਼ਾਂ ਦਾ ਮਜ਼ਾਕ ਉਡਾਉਂਦੇ ਆ ਉਹ ਬਹੁਤ ਹੀ ਵੱਡੇ ਲੈਵਲ ਤੇ ਨਵਾੜਾ ਨੂੰ ਵੇਖ ਕੇ ਮਿਲ ਰਿਹਾ ਸੋ I wanted to share some of those with you ਥੋੜਾ ਜਿਹਾ ਪਰ ਲਾਈਟ ਰੱਖਦੇ ਆ ਤੁਸੀਂ ਵੀ ਕਾਲ ਕਰਕੇ ਜ਼ਰੂਰ ਸਾਡੇ ਨਾਲ ਜੁੜੋ ਇਹ ਮੇਰਾ ਫੇਵਰਟ ਵਾਲਾ ਸੀਗਾ ਆ ਸਾਡੇ ਸਾਰੇ ਵੀਵਰਸ ਇਸ ਚੀਜ਼ ਨਾਲ ਰੇਟ ਕਰ ਸਕਦੇ ਆ ਤੁਸੀਂ ਇੰਡੀਆ ਦੇ ਕਿਸੇ ਵੀ ਗਵਰਨਮੈਂਟ ਜਾਂ ਗਵਰਨਮੈਂਟ ਬੈਂਕ ਦੇ ਆਫਿਸ ਵਿੱਚ ਜਦੋਂ ਜਾਂਦੇ ਹੋ ਲਾਈਨ ਕਿੰਨੀ ਲੰਬੀ ਹੁੰਦੀ ਹੈ ਤੇ ਜੋ ਟੈਲਰ ਹੈ ਉੱਥੇ ਬੈਠਾ ਆਪਣੇ ਕਾਰਡ ਗੇਮਸ ਖੇល ਰਿਹਾ ਹੈ ਕੰਪਿਊਟਰ ਤੇ that's kind of what it feels like uh, nawada di vote ginti di wait uh, karde hoye sanu is tarah mehsoos ho re another meme uh, tusi vekh sakde ho <laughs> what happens in vegas stays in vegas so jis tarah obviously las vegas nawada de vich hai ga um, apparently a e motor unna di vote ginti de naal vi lagu hunda hai. another meme uh, is she's new laque ਅ ਕਦੀ ਕਵਾਰ ਤੁਹਾਡੇ ਕੁਝ ਇਹੋ ਜਿਹੇ ਦੋਸਤ ਹੁੰਦੇ ਆ ਜਾਂ ਰਿਸ਼ਤੇਦਾਰ ਹੁੰਦੇ ਜੋ ਕਹਿੰਦੇ ਹਾਂ ਜੀ ਮੈਂ ਸਿਰਫ 5 ਮਿੰਟ ਦੂਰ ਆ ਮੈਂ ਪਹੁੰਚ ਹੀ ਰਿਹਾ ਹਾਂ ਬਟ ਉਹ ਹਲੇ ਤੱਕ ਤੁਰੇ ਵੀ ਨਹੀਂ ਹੁੰਦੇ ਸੋ ਨਿਵਾੜਾ ਦਾ ਇਹ ਹਾਲ ਹੈ ਵੋਟਸ ਨੂੰ ਲੈ ਕੇ ਕਿ ਉਹਨਾਂ ਦੀ ਗਿਣਤੀ ਪਰਸੋ ਤੋਂ ਸ਼ੁਰੂ ਹੋਈ ਹੋਈ ਹੈ ਪੜਾਲੇ ਤੱਕ ਸਾਨੂੰ ਕੋਈ ਨਵੇਂ ਨੰਬਰਸ ਨਹੀਂ ਮਿਲੇ ਅਨਦਰ ਮੀਮ ਐਂ ਅਥਾ ਮੈਂ ਸਿਰਫ ਤੁਹਾਨੂੰ ਦੋਤੇ ਨਹੀਂ ਇੱਥੇ ਚੁਣਿਆ ਵਧੀਆ ਜੇ ਅਗਰ ਕੋਈ ਵੀ ਮਿਸਟਰ ਬੀਨਸ ਜੋ ਇੱਕ ਬਹੁਤ ਹੀ ਵਧੀਆ ਕਮੇਡੀਅਨ ਪੁਰਾਣਾ ਸ਼ੋਅ ਸੀਗਾ ਉਹਦੇ ਨਾਲ ਵਾਕਿਵ ਹਨ ਦੈਟਸ ਐਗਜ਼ੈਕਟਲੀ ਵਾਟ ਇਟਸ ਲਾਈਕ ਵੇਟਿੰਗ ਫਾਰ ਨਵਾਦਾ ਤੁਸੀਂ ਆਪਣੀ بار-बार ਘੜੀ ਨੂੰ ਵੇਖ ਰਹੇ ਹੋ ਅਨਦਰ ਕਪਲ ਆਫ ਗੁੱਡ ਵਨਸ ਜੋ ਸਾਨੂੰ ਮਿਲੇ ਸੀ ਅਮ ਅਮਰੀਕਾ ਕਿੱਥੇ ਹੈ ਨਵਾਦਾ ਬੀਦਰ ਐਂਡ 5 ਮਿੰਟਸ ਹੈਜ਼ਨਟ ਇਵਨ ਲਫਟ ਦ ਹਾਊਸ ਯੇਟ ਇੱਕ ਹੋਰ ਆਈ ਥਿੰਕ ਅਮ ਥਿਸ ਵਨ ਵਾਸ ਸਪੈਸ਼ਲੀ ਫਨੀ ਕਿ ਕਿਸੇ ਨੇ ਕਮੈਂਟ ਕੀਤਾ ਟਵਿੱਟਰ ਤੇ ਕਿ ਤੁਸੀਂ ਸਾਰੇ ਨਵਾੜਾ ਨੂੰ ਰਸ਼ ਪਾ ਰਹੇ ਹੋ ਕਿ ਜਲਦੀ ਗਿਨੋ ਛੇਤੀ ਗਿਣਤੀ ਕਰੋ ਛੇਤੀ ਗਿਣਤੀ ਕਰੋ ਬਟ ਨਵਾੜਾ ਜੋ ਇਸ ਕੰਟਰੀ ਦੀ ਅਗਰ ਤੁਸੀਂ ਕਹਿ ਲਓ ਐਜੂਕੇਸ਼ਨਲ ਰੈਂਕਿੰਗ ਦੇ ਵਿੱਚ ਬਿਲਕੁਲ ਲਾਸਟ ਆਂਦਾ ਹੈ ਏ ਟਵੀਟ ਕੈਰੀ ਹੋਣਾ ਤੱਕ ਗਿਣਤੀ ਵੀ ਨਹੀਂ ਆਂਦੀ ਤੁਸੀਂ ਇਹਨਾਂ ਨੂੰ ਕਿਉਂ ਰਸ਼ ਕਿਉਂ ਪਾ ਰਹੇ ਹੋ ਟਾਈਮ ਦੇਓ ਅਮ ਤੇ ਹੋਰ ਬਥੇਰੇ ਸੀਗੇ ਮੀਮਸ ਬਟ ਮੈਂ ਸਿਰਫ ਇਹ ਇੱਕ ਵੀਡੀਓ ਦੇ ਨਾਲ ਇਸ ਨਵਾੜਾ ਦੀ ਹਸੀ ਮਜ਼ਾਕ ਦਾ ਪੋਰਸ਼ਨ ਇੱਥੇ ਰੈਪ ਅਪ ਕਰਨਾ ਚਾਹੁੰਦੀ ਆ ਇਹ ਵੀਡੀਓ ਪਰਫੈਕਟਲੀ ਡਿਸਕ੍ਰਾਈਬ ਕਰਦੀ ਹੈ ਅਮ ਕਿਸ ਤਰ੍ਹਾਂ ਪੂਰੀ ਦੁਨੀਆ ਇਸ ਵੇਲੇ ਮਹਿਸੂਸ ਕਰ ਰਹੀ ਹੈ ਤੇ ਕੀ ਨਵਾੜਾ ਦਾ ਹਾਲ ਹੈ ਗਿਣਤੀ ਨੂੰ ਲੈ ਕੇ ਵੋਟਾਂ ਦੀ ਤੁਸੀਂ ਇਹ ਵੀਡੀਓ ਵੇਖ ਸਕਦੇ ਹੋ ਯਾ ਸੋ ਇਹੀ ਹਾਲ ਹੈ ਨਵਾਡਾ ਦਾ 让我们 ਸੀ ਕਿਸ ਤਰ੍ਹਾਂ ਇਹ ਚੀਜ਼ ਡਿਵੈਲਪ ਹੁੰਦੀ ਹੈ ਰੀਸੈਂਟ ਕਾ ਰਿਪੋਰਟਿੰਗ ਸਾਨੂੰ ਦੱਸ ਰਹੀ ਹੈ ਕਿ ਨਵਾਡਾ ਹੁਣ ਕਹਿ ਰਿਹਾ ਹੈ ਕਿ ਸ਼ਾਇਦ ਉਹਨਾਂ ਨੂੰ ਸੰਡੇ ਤੱਕ ਲੱਗ ਸਕਦਾ ਹੈ ਪੂਰੀ ਰਿਪੋਰਟਿੰਗ ਕਰਨ ਲਈ ਬਟ ਆਹ ਦੈਟਸ ਓਕੇ ਬਿਕੋਜ਼ ਪੈਂਸਿਲਵੇਨੀਆ ਤੇ ਜਾਰਜੀਆ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਤੇ ਐਂਡ ਤੁਸੀਂ ਕਹਿ ਲਓ ਤੇਜ਼ੀ ਦੇ ਨਾਲ ਆ ਵੋਟਾਂ ਗਿਨੀਆਂ ਜਾ ਰਹੀਆਂ ਇਨ ਫੈਕਟ ਜਾਰਜਾ ਦੀ ਪ੍ਰੈਡਿਕਸ਼ਨ ਹੈ ਕਿ ਸ਼ਾਇਦ ਅੱਜ ਸ਼ਾਮ ਤੱਕ ਲੇਟ ਤੱਕ ਉਹਨਾਂ ਦੇ ਕੋਲ ਕਲੀਅਰ ਆਨਸਰ ਹੋਏ ਕੌਣ ਉਹ ਸਟੇਟ ਨੂੰ ਜਿੱਤਦਾ ਹੈ ਜਾਰਜਾ ਦੇ ਨਾਲ ਜੋ ਬਾਈਡਨ ਦੀ ਲੀਡ ਤੇ ਵਿਕਟਰੀ ਬਿਲਕੁਲ ਸੀਲ ਹੋ ਸਕਦੀ ਹੈ ਬਟ ਰੀਅਲੀ ਅਗਰ ਆਪਾਂ ਵੱਡੇ ਪ੍ਰਾਈਜ਼ ਦੀ ਗੱਲ ਕਰੀਏ ਆਫਕੋਰਸ ਵਾਂਸ ਅਗੇਨ ਇਟਸ ਪੈਂਸਿਲਵੇਨੀਆ ਇਸ ਵੀ ਲਈ ਪੈਂਸਿਲਵੇਨੀਆ ਬਹੁਤ ਹੀ ক্লোਜ਼ ਹੈ ਦੋਨੋਂ ਕੈਂਡੀਡੇਟਸ ਲਈ ਤੁਸੀਂ ਕਹਿ ਲਓ ਨੱਕ ਨੱਕ ਹੈਗੇ ਲੇਕਿਨ ਪੈਂਸਿਲਵੇਨੀਆ ਦੇ ਜੋ ਸਭ ਤੋਂ ਵੱਡੇ ਡਿਸਟ੍ਰਿਕਟ ਕਾਉਂਟੀਆਂ ਹਨ ਪਿਟਸਬਰਗ ਕਾਉਂਟੀ ਫॉर एग्जांपल एक्सक्यूज मी ਅਲੇਗਨੀ ਕਾਉਂਟੀ ਜਿਹਦੇ ਵਿੱਚ ਪਿਟਸਬਰਗ ਸਿਟੀ ਆਂਦਾ ਉਹਨਾਂ ਦੀ ਵੀ ਗਿਣਤੀ ਨਹੀਂ ਹੋਈ ਉਹਨਾਂ ਨੇ ਐਕਚੁਅਲੀ interestingly enough oskaunty ਦਾ ਅੱਜ ਇੱਕ ਆਫ ਦਿਨ ਸੀਗਾ ਸੋ ਉਹਨਾਂ ਨੇ ਅੱਜ ਗਿਣਤੀ ਕੀਤੀ ਵੀ ਨਹੀਂ ਉਹਨਾਂ ਨੇ ਕੱਲ ਗਿਣਤੀ ਕਰਨੀ ਹੈ ਬਟ ਫਿਲਡੈਲਫੀਆ ਸ਼ਹਿਰ ਦੀ ਗਿਣਤੀ ਬਿਲਕੁਲ ਜਾਰੀ ਹੈ ਤੇ ਉਹਨਾਂ ਦੇ ਨੰਬਰਸ ਇਸ ਵੇਲੇ ਜੋ ਬਾਈਡਨ ਦੇ ਹੱਕ ਦੇ ਵਿੱਚ ਨਿਕਲ ਰਿਹਾ ਸੋ ਉਹਦੇ ਬਾਰੇ ਦੇਖਦੇ ਹਾਂ ਬਟ ਇਨ ਵੋਟਾਂ ਦੀ ਗਿਣਤੀ ਨੂੰ ਲੈ ਕੇ ਪ੍ਰੋਟੈਸਟਸ ਆਲ ਓਵਰ ਦਾ ਕੰਟਰੀ ਵੇਖਣ ਨੂੰ ਮਿਲ ਰਹੀ ਹੈ ਇਟਸ ਸੋ ਇੰਟਰਸਟਿੰਗ ਬਿਕੋਜ਼ ਜੋ ਪ੍ਰੋਟੈਸਟਰਸ ਹਨ ਯੂ نو ਤੁਸੀਂ ਕਲੀਅਰਲੀ ਵੇਖ ਸਕਦੇ ਹੋ ਉਹਨਾਂ ਦਾ ਡਿਵਾਈਡ ਕਿੱਥੇ ਹੈ ਕੁਝ ਪ੍ਰੋਟੈਸਟਰਸ ਜੋ ਜੋ ਬਾਈਡਨ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਉਹ ਕਹਿ ਰਹੇ ਹਰ ਇੱਕ ਵੋਟ ਨੂੰ ਗਿਨੋ ਹਰ ਇੱਕ ਵੋਟ ਨੂੰ ਗਿਨੋ ਦੂਜੀ ਤਰਫ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰਸ ਕਹਿ ਰਹੇ ਵੋਟਾਂ ਨਾ ਗਿਨੋ ਆਮ ਕਿਉਂ ਇਹ ਕਹਿ ਰਹੇ ਐ ਐਂਡ ਕਿੱਥੇ ਉਹ ਜਾ ਕੇ ਪ੍ਰੋਟੈਸਟ ਕਰ ਰਹੇ ਐ ਇਹ ਬਹੁਤ ਔਰ ਤੁਸੀਂ ਕਹਿ ਸਕਦੇ ਹੋ ਇੱਕ ਹੋਰ ਇੰਟਰਸਟਿੰਗ ਡਿਵੈਲਪਮੈਂਟ ਇਸ ਸਾਰੀ ਇਲੈਕਸ਼ਨ ਦੀ ਸਟੋਰੀ ਦੇ ਵਿੱਚ ਆ ਜਿੱਥੇ ਵੋਟਸ ਗਿਨੀਆਂ ਜਾਂਦੀ ਹੈ ਆ ਜੋ ਬਿਲਕੁਲ ਤੁਸੀਂ ਕਹਿ ਲਓ ਟਰਾਂਸਪੇਰੈਂਟ ਪ੍ਰੋਸੈਸ ਹੈ ਜੋ ਵੋਟ ਦੀ ਗਿਣਤੀ ਜਿਸ ਸੈਂਟਰ ਵਿੱਚ ਹੁੰਦੀ ਹੈ ਉਹਦੇ ਵਿੱਚ ਦੋਨੋਂ ਪਾਰਟੀਆਂ ਦੇ ਅਫੀਸ਼ੀਅਲ ਇਨ ਪਰਸਨ ਉਹ ਉਹਨੂੰ ਵਾਚ ਕਰਦੇ ਆ ਜੋ ਵੋਟਸ ਨੂੰ ਗਿੰਦੇ ਆ ਪਲੱਸ ਉੱਥੇ ਕੈਮਰਾਸ ਹੁੰਦੇ ਆ ਤੁਸੀਂ ਹਰ ਇੱਕ ਕਾਉਂਟੀ ਦੀ ਵੈਬਸਾਈਟ ਤੇ ਜਾ ਕੇ ਇਸ ਸਾਰੀ ਇਨਫੋਰਮੇਸ਼ਨ ਵੋਟ ਗਿਣਤੀ ਦੀ ਤੁਸੀਂ ਕਹਿ ਲੋ ਪੂਰਾ ਪ੍ਰੋਸੈਸ ਖੁਦ ਵੇਖ ਸਕਦੇ ਹੋ ਸੋ ਇਟਸ ਵੈਰੀ ਟਰਾਂਸਪੇਰੈਂਟ ਬਟ ਫਿਰ ਵੀ ਟਰੰਪ ਸਪੋਰਟਰਸ ਇਸ ਤਰ੍ਹਾਂ ਪ੍ਰੋਟੈਸਟ ਕਰ ਰਹੇ ਹੈ ਜਿਸ ਤਰ੍ਹਾਂ ਕੁਝ ਬਹੁਤ ਹੀ ਵੱਡੇ ਲੈਵਲ ਦੀ ਸਾਜ਼ਿਸ਼ ਜਾਂ ਕਨਸਪੀਰੇਸੀ ਇਨ ਵੋਟਸ ਦੀ ਗਿਣਤੀ ਨੂੰ ਲਾਕੇ ਮੈਂ ਇੱਕ ਦੋ ਇੱਥੇ ਕਮੈਂਟਸ ਤੁਹਾਡੇ ਲਈ ਪੁਆਇੰਟ ਕਰਨਾ ਚਾਹੁੰਦੀ ਆ ਪ੍ਰੈਜ਼ੀਡੈਂਟ ਟਰੰਪ ਦੀ ਅੱਜ ਇੱਕ ਕਮੈਂਟ ਟਵਿੱਟਰ ਰਾਹੀਂ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਸਾਰੇ ਮੇਲਨ ਬੈਲਟਸ ਨੂੰ ਛੱਡ ਦੋ ਦੈਨ ਮੈਂ ਜਿੱਤ ਜਾਵਾਂਗਾ ਦੈਟਸ ਇੰਟਰਸਟਿੰਗ ਬਿਕਾਜ਼ ਯੂ ਨੋ ਅਗਰ ਆਪਾਂ ਮੇਲਨ ਬੈਲਟਸ ਦੀ ਗੱਲ ਕਰਦੇ ਹਾਂ ਫਰਸਟ ਆਫ ਆਲ ਉਹ ਵੀ ਵੋਟਰ ਹੈਗੀਆਂ ਲੀਗਲ ਵੋਟਾਂ ਰਾਈਟ ਐਂਡ ਮੇਲਨ ਬੈਲਟਸ ਇਨੇ ਵੱਡੇ ਲੈਵਲ ਤੇ ਇਸ ਕੰਟਰੀ ਨੂੰ ਕਿਉਂ ਕਰਨੇ ਪਏ ਇਸ ਸਾਲ ਬਿਕਾਜ਼ ਇਸ ਕੰਟਰੀ ਦੇ ਵਿੱਚ ਇੱਕ ਇਨਾ ਵੱਡਾ ਕੋਵਿਡ ਦਾ ਪੈਂਡੈਮਿਕ ਮਹਾਮਾਰੀ ਹਲੇ ਤੱਕ ਸਾਰਿਆਂ ਨੂੰ ਤੇ ਇਕਨੋਮੀ ਨੂੰ ਤੇ ਕੰਟਰੀ ਨੂੰ ਬਿਲਕੁਲ ਤੁਸੀਂ ਕਹਿ ਲੋ ਡੀ ਸਟੇਬਲਾਈਜ਼ ਕਰ ਰਹੀ ਹੈ ਸੋ ਇਸ ਕਰਕੇ ਮੇਲਨ ਬੈਲਟਸ ਇਨੇ ਜਿਆਦਾ ਹਨ ਐਂਡ ਇਸ ਵੇਲੇ ਜੋ ਨਾਨ ਪਾਰਟਿਸਨ ਮੀਨਿੰਗ ਕਿ ਉਹ ਕਿਸੇ ਵੀ ਪਾਰਟੀ ਦੇ ਨਾਲ ਲगाव ਨਹੀਂ ਰੱਖਦੇ ਜੋ ਇਹ VOTING CENTERS ਦੇ ਵਿੱਚ ਗਿਣਤੀ ਕਰ ਰਹੇ ਹੋ ਨਾਨ ਪਾਰਟਿਸਨ ਇੰਡੀਵਿਜੂਅਲਸ ਹਲੇ ਵੀ ਲੱਗੇ ਹੋਏ ਐ ਐਂਡ ਉਹਨਾਂ ਨੂੰ ਟਾਈਮ ਇਸ ਕਰਕੇ ਲੱਗ ਰਿਹਾ ਬਿਕੋਜ਼ ਇੱਕ ਬਾਰੀ ਫਿਰ ਇਸ ਸਾਲ ਮੇਲ ਇਨ ਵੈਲਟਸ ਰეკર્ડ ਨੰਬਰਸ ਵਿੱਚ ਲੋਕਾਂ ਨੇ ਸਬਮਿਟ ਕੀਤੇ ਬਿਕਸ ਆਫ ਕੋਵਿਡ um ਸੋ ਇਹ ਤਾਂ ਮਤਲਬ ਆਪਾਂ ਕਹਿ ਸਕਦੇ ਆ ਕੁਝ ਇਲੈਕਸ਼ਨ ਨੂੰ ਲੈ ਕੇ ਵੱਡੀ ਹੈਡਲਾਈਨਸ ਇਸ ਇਲੈਕਸ਼ਨ ਦੇ ਵਿੱਚ ਭਾਵੇਂ ਇਸ ਵੇਲੇ ਪ੍ਰੈਜ਼ੀਡੈਂਟ ਨਹੀਂ ਕਲੀਅਰਲੀ ਸਾਨੂੰ ਪਤਾ ਕੌਣ ਜਿੱਤਿਆ ਮੈਂ ਤੁਹਾਨੂੰ ਦੱਸਿਆ ਸੀ ਇੱਕ ਇਹੋ ਜੀ ਚੀਜ਼ ਹੈ ਜਿਨੇ ਬਹੁਤ ਵੱਡੇ ਲੈਵਲ ਤੇ ਤੁਸੀਂ ਕਹਿ ਲਓ ਅਕ੍ਰੋਸ ਦਾ ਕੰਟਰੀ ਵਿਨਸ ਪ੍ਰਾਪਤ ਕੀਤੀਆਂ ਆਮ ਟਾਕਿੰਗ ਬਟ ਡਰੱਗਸ ਡਰੱਗਸ ਇਸ ਕੰਟਰੀ ਦੇ ਵਿੱਚ ਬਹੁਤ ਹੀ ਤੁਸੀਂ ਕਹਿ ਲਓ ਆ ਮੀਨ देयर इज ਅ ਫੇਮਸ the uh, uh, slogan right the war against drugs in this country but a selection to baad tuesday to baad ap keh sakde ha ke uh, jithe nancy reagan ne uh, os time uh, president reagan the time de vich first lady nancy reagan ne kiya si we're going to declare a war on drugs um is it tuesday lagda hai ke drugs oh war shayad jit gaye edi gall is tarah jaari rakhenge break to baad ब्रेक ਤੋਂ ਬਾਅਦ ਸਾਰਾ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਅੱਜ ਸਾਨੂੰ ਇਹ ਤਾਂ ਨਹੀਂ ਪਤਾ ਕਿ ਇਸ ਕੰਟਰੀ ਦਾ ਨੈਕਸਟ ਪ੍ਰੈਜ਼ੀਡੈਂਟ ਆਫੀਸ਼ੀਅਲੀ ਕੌਣ ਹੋਏਗਾ ਜਿਸ ਤਰਫ ਸਟੇਟਸ ਦੀ ਕਾਊਂਟਿੰਗ ਜਾ ਰਹੀ ਹੈ ਜੋ ਸਟੇਟਸ ਹਲੇ ਤੱਕ ਅਨ ਡਿਕਲੇਅਰਡ ਹਨ ਉਹਦੇ ਵਿੱਚੋਂ ਲੱਗਦਾ ਤਾਂ ਹੈ ਥੈਟ ਜੋ ਬਾਈਡਨ most likely uh, is ਤੁਸੀਂ ਕਹ ਲੋ ਪ੍ਰੈਜ਼ੀਡੈਂਸੀ ਨੂੰ ਜਿੱਤ ਸਕਦੇ ਐ ਬਟ ਹਲੇ ਤੱਕ ਕੋਈ ਚੀਜ਼ ਕਨਫਰਮ ਨਹੀਂ ਹੋਈ ਐਂਡ ਇਹਦਾ ਕਾਰਨ ਆਫਕੋਰਸ ਜੋ ਇਨ ਰੈਕੋਰਡ ਲੈਵਲ ਆਫ ਮੈਲਨ ਬੈਲਟਸ ਇਸ ਸਾਲ ਸਬਮਿਟ ਕੀਤੇ ਗਏ ਕੋਵਿਡ ਕਰਕੇ ਪੈਂਸਿਲਵੇਨੀਆ ਜਾਰਜੀਆ ਨਾਰਥ ਕੈਰੋਲਾਈਨਾ ਅਰੀਜ਼ੋਨਾ ਐਂਡ ਨਿਵਾਡਾ ਦੇ ਵਿੱਚ ਹਲੇ ਵੀ ਗਿਣਤੀ ਚੱਲ ਰਹੀ ਐ ਨਿਵਾਡਾ ਆਫਕੋਰਸ ਬਹੁਤ ਹੀ ਵੱਡੇ ਲੈਵਲ ਤੇ ਇੱਕ ਜੋਕ ਬਣ ਚੁੱਕਿਆ ਇਸ ਚੀਜ਼ ਨੂੰ ਲੈ ਕੇ ਕਿ ਹਲੇ ਤੱਕ ਉਨਾ ਦੀ ਗਿਣਤੀ ਜ਼ਿਆਦਾ ਕੋਈ ਅੱਗੇ ਨਹੀਂ ਵਧੀ ਬਟ ਲੈਟਸ ਸੀ ਕਿ ਅੱਜ ਰਾਤ ਤੱਕ ਕਿਸ ਤਰ੍ਹਾਂ ਇਹ ਚੀਜ਼ ਡਿਵੈਲਪ ਹੁੰਦੀ ਹੈ ਸ਼ਾਇਦ ਸਾਨੂੰ ਜੌਰਜਿਆ ਤੋਂ ਕੋਈ ਫਾਈਨਲ ਡੈਕਲੇਰੇਸ਼ਨ ਆਏ ਇਸ ਚੀਜ਼ ਨੂੰ ਲੈ ਕੇ ਤੇ ਵੀ ਕੈਨ ਡਿਕਲੇਅਰ ਆਫੀਸ਼ੀਅਲੀ ਕਿ ਨੈਕਸਟ ਪ੍ਰੈਜ਼ੀਡੈਂਟ ਕੌਣ ਹੋਏਗਾ ਬਟ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਬ੍ਰੇਕ ਤੋਂ ਪਹਿਲੇ ਜਿੱਥੇ ਸਾਨੂੰ ਪ੍ਰੈਜ਼ੀਡੈਂਟ ਕੌਣ ਜਿੱਤਿਆ ਇਹ ਤਾਂ ਕਨਫਰਮ ਨਹੀਂ ਹੈ ਬਟ ਇੱਕ ਚੀਜ਼ ਅਪਰ ਡਿਫੀਨਿਟਿਵਲੀ ਕਹਿ ਸਕਦੇ ਹਾਂ ਕਿ ਇਸ ਇਲੈਕਸ਼ਨ ਦੇ ਵਿੱਚ ਸਾਬਿਤ ਹੋਈ ਹੈ ਕਿ ਜਿੱਥੇ ਯੂਨਾਈਟਿਡ ਸਟੇਟਸ ਇੰਨੇ ਡੀਪਲੀ ਡਿਵਾਈਡ ਦੇ ਇਸ ਵੇਲੇ ਹੈਗਾ ਪ੍ਰੈਜ਼ੀਡੈਂਟਸ ਤੇ ਪਾਲਿਸੀ ਤੇ ਆਈਡੀਓਲੋਜੀ ਨੂੰ ਲੈ ਕੇ ਇੱਕ ਚੀਜ਼ ਅਕ੍ਰੋਸ ਦ ਨੇਸ਼ਨ ਸਾਰਿਆਂ ਨੂੰ ਯੂਨਾਈਟ ਕਰ ਰਹੀ ਹੈ ਉਹ ਹੈਗੀ ਇਸ ਕੰਟਰੀ ਦੀ ਵਾਰ ਔਨ ਡਰੱਗਸ ਵਾਰ ਔਨ ਡਰੱਗਸ ਜੋ ਫਰੇਜ਼ ਹੈਗਾ ਔਰ ফার্স্ট ਲੇਡੀ ਨੈਂਸੀ ਰਿਗਨ ਪ੍ਰੈਜ਼ੀਡੈਂਟ ਰੋਨਲਡ ਰਿਗਨ ਦੀ ਵਾਈਫ ਨੇ ਉਹਨੂੰ ਤੁਸੀਂ ਕਹ ਲਓ ਕੋਆਇਨ ਕੀਤਾ ਸੀ ਉਸ ਟਾਈਮ ਉਹਨਾਂ ਨੇ ਇੱਕ ਬਹੁਤ ਵੱਡੀ ਕੈਂਪੇਨ ਸ਼ੁਰੂ ਕੀਤੀ ਸੀ ਈਵਨ ਦੀ ਆਰਗੇਨਾਈਜੇਸ਼ਨ ਡੇਅ ਜੋ ਸਕੂਲਸ ਵਿੱਚ ਬਹੁਤ ਪਪੂਲਰ ਸੀਗੀ ਉਹਨਾਂ ਦਾ ਮਾਸਕੋਟ ਇੱਕ ਬਹੁਤ ਵੱਡਾ ਡੌਗ ਹੁੰਦਾ ਸੀ ਉਹ ਨੈਂਸੀ ਰਿਗਨ ਨੇ ਸ਼ੁਰੂ ਕੀਤੀ ਕਿ ਇਸ ਕੰਟਰੀ ਦੇ ਵਿੱਚ ਡਰੱਗਸ ਦਾ ਜੋ ਐਪੀਡੈਮਿਕ ਹੈ ਉਹਨੂੰ ਕੰਟਰੋਲ ਕਰਨ ਲਈ ਅਕ੍ਰੋਸ ਦ ਬੋਰਡ ਪਾਲਿਸੀਜ਼ ਦੇ ਚੇਂਜ ਹੋਣਾ ਚਾਹੀਦਾ ਹੈ ਭਾਵੇਂ ਤੁਸੀਂ ਜੋ ਡਰੱਗਸ ਦੀ ਕਲਾਸੀਫਿਕੇਸ਼ਨ ਦੀ ਗੱਲ ਕਰ ਲੋ ਕਿ ਕਿਸ ਕਿੰਨੀ ਸਖਤੀ ਦੇ ਨਾਲ ਕੋਈ ਵੀ ਇੱਕ ਡਰੱਗ ਦੀ ਕਲਾਸੀਫਿਕੇਸ਼ਨ ਹੁੰਦੀ ਹੈ ਭਾਵੇਂ ਤੁਸੀਂ ਜੇਲ ਸੈਂਟੈਂਸਸ ਦੀ ਗੱਲ ਕਰ ਲੋ ਤੁਸੀਂ ਬੇਲ ਕੈਸ਼ ਬੇਲ ਦੀ ਕੈਲਕੂਲੇ ਸਾਰੀ ਚੀਜ਼ਾਂ ਵਰ ਇਨਕਲੂਡਡ ਐਸ ਪਾਰਟ ਆਫ ਨੈਂਸੀ ਰਿਗਨਸ ਇਨੀਸ਼ੀਏਟਿਵ For the war on drugs, a to see picture. Exactly, that's Nancy Reagan. is picture, which when she kicked off the war on drugs uh, back uh, in the uh, Ronald Reagan days. So who nagarapa gal kariyee you know kis play out ho right? This Tuesday. ਕਿੰਨੀ ਜਿਆਦਾ ਸਟੇਟਾਂ ਨੇ ਵਕ ਵਕ ਬੈਲਟਸ ਭਾਵੇਂ ਤੁਸੀਂ ਮੈਰੀਵਾਨਾ ਲੀਗਲਾਈਜੇਸ਼ਨ ਦੀ ਗੱਲ ਕਰੋ ਭਾਵੇਂ ਤੁਸੀਂ ਸਕੈਡਿਊਲ A ਹਾਰਡ ਕੋਰ ਡਰੱਗਸ ਦੀ ਗੱਲ ਕਰੋ ਇਹ ਚੀਜ਼ਾਂ ਪ੍ਰੂਵ ਹੋਈਆਂ ਐਂਡ ਥਿਸ ਇਜ਼ ਨਾਟ ਦ ਫਰਸਟ ਟਾਈਮ ਮੈਂ ਤੁਹਾਡੇ ਤੋਂ ਵੀ ਸੁਣਨਾ ਚਾਹੁੰਦੀ ਹਾਂ ਕਿ ਤੁਹਾਡੇ ਕੀ ਖਿਆਲ ਹਨ ਕਿ ਤੁਸੀਂ ਇਨ ਨਵੇਂ ਬੈਲਟ ਦੇ ਮੈਜਰਸ ਇਨ ਆਲ ਸਹਿਮਤੀ ਰੱਖਦੇ ਹੋ ਖਾਸ ਕਰਕੇ ਅਗਰ ਤੁਸੀਂ ਨਿਊ ਜਰਸੀ ਜਾਂ ਓਰੇਗਨ ਸਟੇਟ ਦੇ ਵਿੱਚ ਰਹਿੰਦੇ ਹੋ ਔਰ ਈਵਨ ਡੀਸੀ ਬਿਕੋਜ਼ ਉੱਥੇ ਬਹੁਤ ਤੁਸੀਂ ਕਹਿ ਲਓ ਵੱਡੇ ਲੈਵਲ ਤੇ ਇਹ ਚੀਜ਼ ਪਾਸ ਹੋਈ ਹੈ ਨਿਊ ਜਰਸੀ ਫੋਰ ਇਗਜ਼ੈਂਪਲ ਮੈਥੋਡਿਸਟ ਚ ਨਿਊ ਜਰਸੀ ਸਾਊਥ ਡਾਕੋਟਾ ਮੋਂਟੇਨਾ ਐਂਡ ਅਰੀਜ਼ੋਨਾ ਨੇ 11 ਹੋਰ ਸਟੇਟਾਂ ਨੂੰ ਜੁਆਇਨ ਕੀਤਾ ਟੂ ਲੀਗਲਾਈਜ਼ ਰੀਕ੍ਰੀਏਸ਼ਨਲ ਮੈਰੀਵਾਨਾ ਸੋ ਮੈਰੀਵਾਨਾ ਨੂੰ ਤੁਸੀਂ ਰੀਕ੍ਰੀਏਸ਼ਨਲ ਤੌਰ ਤੇ ਯੂ نو ਜਿੱਦਾਂ ਇੰਜੋਇਮੈਂਟ ਲਈ ਲੀਗਲਾਈਜ਼ ਕੀਤਾ ਗਿਆ ਹੁਣ ਨਿਊ ਜਰਸੀ ਦੇ ਵਿੱਚ ਜੋ ਨਵੀਂ ਖਬਰ ਹੈ ਅਨ ਫੈਕਟ ਅਗਰ ਅਪਾ ਗੱਲ ਕਰਦੇ ਆ ਇਵਨ ਵੋਟਰਸ ਇਨ ਵਾਸ਼ਿੰਗਟਨ ਡੀਸੀ ਉਹਨਾਂ ਨੇ ਵੀ ਸਾਈਕੈਡੇਲਿਕ ਜੋ ਮਸ਼ਰੂਮਸ ਹੁੰਦੇ ਆ ਜਿਹਨਾਂ ਨੂੰ ਖਾ ਕੇ ਤੁਹਾਨੂੰ ਨਸ਼ਾ ਹੋ ਜਾਂਦਾ ਹੈ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕੀਤਾ ਬੜਾ ਅਪਾ ਕਹਿ ਸਕਦੇ ਆ ਜੋ ਸਭ ਤੋਂ ਵੱਡਾ ਡਰੱਗਸ ਦੇ ਅਮ ਸਪੋਰਟ ਦੇ ਵਿੱਚ ਮੈਜ਼ਰ ਜੋ ਪਾਸ ਹੋਇਆ ਉਹ ਓਰੇਗਨ ਸਟੇਟ ਵਿੱਚ ਹੋਇਆ ਦ ਮੈਜ਼ਰ ਵਾਸ ਕਾਲਡ ਮੈਜ਼ਰ 110 ਮੈਜ਼ਰ 110 ਐਂਡ ਇਸ ਮੈਜ਼ਰ ਦੇ ਪਾਸਿੰਗ ਦੇ ਨਾਲ ਕੋਈ ਵੀ ਡਰਗ ਐਨੀ ਡਰਗ ਮੈਂ ਸਿਰਫ ਮੈਰੋਵਾਨਾ ਦੀ ਗੱਲ ਨਹੀਂ ਕਰ ਰਹੀ ਮੈਰੋਵਾਨਾ ਕੋਕੇਨ ਹੈਰੋਇਨ ਐਨੀ ਡਰਗ ਅਗਰ ਤੁਹਾਡੀ ਤੁਸੀਂ ਫੜੇ ਜਾਂਦੇ ਹੋ ਇਸ ਡਰੱਗਸ ਦੀ ਪੋゼਸ਼ਨ ਦੇ ਨਾਲ ਤੁਹਾਨੂੰ ਸਿਰਫ ਇੱਕ ਵਾਇਲੇਸ਼ਨ ਦਿੱਤੀ ਜਾਏਗੀ ਲਾਈਕ ਅ ਸਪੀਡਿੰਗ ਟਿਕਟ ਹੈਨਾ ਲਾਈਕ 100 ਡਾਲਰ ਦੀ ਤੁਹਾਨੂੰ ਟਿਕਟ ਦਿੱਤੀ ਜਾਏਗੀ ਨਾ ਕਿ ਯੂ نو ਜੇਲ ਟਾਈਮ ਔਰ ਇਨ ਅਰੈਸਟ অর ਪਰਮਨੈਂਟ ਤੁਸੀਂ ਕਹਿ ਲਓ ਤੁਹਾਡੇ ਰੈਕੋਰਡ ਤੇ ਕੋਈ ਸਕਾਰ ਸੋ ਇਹ ਬਹੁਤ ਆਪਾਂ ਕਹਿ ਸਕਦੇ ਆ ਇੱਕ ਵੱਡਾ ਮੈਜਰ ਪਾਸ ਹੋਇਆ ਹੈ ਨੇਸ਼ਨ ਵਾਈਡ ਇਹ ਇਨ ਲਾਜ਼ ਨੂੰ ਅਫੈਕਟ ਕਰ ਸਕਦਾ ਹੈ ਬਿਕੋਜ਼ ਇਟ ਟੇਕਸ ਵਨ ਸਟੇਟ ਰਾਈਟ ਇੱਕ ਸਟੇਟ ਜੇ ਉਹ ਕੋਈ ਚੀਜ਼ ਕਰਦੀ ਹੈ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਬਾਕੀ ਸਟੇਟਸ ਵਿੱਚ ਵੀ ਉਹ ਮੋਮੈਂਟਮ ਪਿਕ ਅਪ ਹੁੰਦਾ ਹੈ ਤੇ ਕੁਝ ਕਾਲਜ ਵੀ ਸਾਡੇ ਨਾਲ ਜੁੜ ਚੁੱਕੇ ਆ ਸੁਣ ਲੈਂਦੇ ਉਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਮੈਂ ਇੱਕ ਬਾਟ ਸਸਿਕਾ ਨਿਕ ਜੀ ਕੀ ਹਾਲ ਹੈ ਬਹੁਤ ਆਪਾ ਅਸਪਸ਼ਟੀ ਬਹੁਤ ਬਦਿਆ ਤੁਹੀ ਯੋਗਦਾਨ ਦਿੱਤਾ ਵਾ ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਂਦਾ ਵਾ ਤਾਂ ਜਿਸ ਦੇ ਵਿੱਚ ਕਿਤੇ ਨਾ ਕਿਤੇ ਮੇਰਾ ਫਰਜ਼ ਬਣਦਾ ਵਾ ਨਾ ਉਸ ਦੇ ਵਿੱਚ ਤੁਸੀਂ ਮੈਨੂੰ ਪੁੱਛੋ ਤੇ ਮੈਂ ਤੁਹਾਨੂੰ ਦੱਸਾਂ ਜੀ ਜੀ ਨਿਕ ਜੀ ਤੁਸੀਂ ਸਾਨੂੰ ਪੈਂਸਿਲਵੇਨੀਆ ਫਿਲਡਲਫੀਆ ਤੋਂ ਜੁਆਇਨ ਕਰ ਰਹੇ ਹੋ ਕਰੈਕਟ ਹਾਂ ਜੀ ਜੀ ਪੈਂਸਿਲਵੇਨੀਆ ਆਪਣਾ ਸਟੂਡੀਓ ਹੈ ਤੇ ਪ੍ਰੋਪਰ ਅਮ ਪਪਾ ਪੈਂਸਿਲਵੇਨੀਆ ਤੋਂ ਜੀ ਜੀ ਤੇ ਤੁਸੀਂ ਸਾਨੂੰ ਫਰਸਟ ਆਵਲ ਇਹ ਦੱਸੋ ਕਿ ਜਿੱਥੇ ਪੈਂਸਿਲਵੇਨੀਆ ਤੇ ਪੂਰੀ ਆਪਾਂ ਕਹਿ ਸਕਦੇ ਹਾਂ ਕੰਟਰੀ ਦੀ ਤਹਾਈ ਬੜ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ ਕਿ ਕਿਸ ਪਾਸੇ ਇਹ ਵੋਟਸ ਡਿਸਾਈਡ ਕਰਨਗੀ ਕਿ ਕਿੱਥੇ ਸਾਡਾ ਨੈਕਸਟ ਪ੍ਰੈਜ਼ੀਡੈਂਟ ਕੌਣ ਬਣੂਗਾ ਅਮ ਕੀ ਮਾਹੌਲ ਐ ਕਿ ਕਾਫੀ ਪ੍ਰੋਟੈਸਟ ਨੂੰ ਲੈ ਕੇ ਸਾਨੂੰ ਖਬਰਾਂ ਸੁਣ ਰਹੀਆਂ ਲਾਅ ਸੂਟ ਨੂੰ ਲੈ ਕੇ ਖਬਰਾਂ ਸੁਣ ਰਹੀਆਂ ਸੋ ਤੁਸੀਂ ਔਨ ਦਾ ਗਰਾਉਂਡ ਉੱਥੇ ਹੈਗੇ ਕੀ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਹਾਂਜੀ ਅਸ਼ਮਿਤਾ ਜੀ ਆਪਾਂ ਆਉਣ ਨੂੰ ਆਉਂਦੇ ਆ ਆਪਣਾ ਆਪਣਾ ਸਟੂਡੀਓ ਹੈ ਗਿਆ ਸਿਲਰ ਪੈਨਸਲ ਪੈਨਸਲ ਵੀ ਨਿਕਿਆ ਪਰ ਕਿਤੇ ਨਾ ਕਿਤੇ ਜਿਹੜਾ ਲੈਂਥ ਹੁੰਦੀ ਪਈ ਆ ਲਾਈਕ ਸਟ੍ਰੈਚ ਹੁੰਦਾ ਆ ਉਹ ਸਟ੍ਰੈਚ ਦੇ ਵਿੱਚ ਸਮਝ ਨਹੀਂ ਆਉਂਦੀ ਕੋਈ ਕਿ ਦੇ ਆਰ ਆਲ ਸਟ੍ਰੈਚ ਬੋਥ ਆਫ ਦਿ ਹੋਲ ਬਡੀ ਹੋ ਗਈ ਐਸ ਇਨ ਬੀਟਵੀਨ ਪਰ ਜਿੱਥੇ ਨਾ ਕਿਤੇ ਨਾ ਕਿਤੇ ਜਿੱਥੇ ਸਾਡਾ ਇੱਕ ਫੜਜ ਮੰਡਦਾ ਵਾ ਇੱਕ ਆਪਣਾ মিডিਆ ਆਪਾਂ ਸੋਸ਼ਲ ਮੀਡੀਆ ਨਹੀਂ ਹੈਗੇ ਆਪਾਂ ਟੀਵੀ ਚੈਨਲ ਹੈਗੇ ਆ ਤਾਂ ਟੀਵੀ ਚੈਨਲ ਜਿਹੜੇ ਆ ਆਪਾਂ ਪ੍ਰੋਪਰ ਜੋ ਦਿਖਾਉਨੇ ਪਏ ਆ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਮਿਸ ਅੰਡਰਸਟੈਂਡਿੰਗ ਹੋ ਰਹੀ ਆ ਜਾਂ ਕਿਤੇ ਨਾ ਕਿਤੇ ਇਸੇ ਚੈਨਲ ਤੋਂ ਵੀ ਮਿਸ ਅੰਡਰਸਟੈਂਡ ਕੋਈ ਕਾਊਂਟਿੰਗ ਹੁੰਦੀ ਪਈ ਆ ਦੂਜਾ ਕਾਊਂਟਿੰਗ ਜੋ ਵੀ ਦਾ ਪਰ ਕਿਤੇ ਨਾ ਕਿਤੇ ਮੇਰਾ ਇੱਕ ਕਾਫੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਮੈਂ ਸੇ ਸੇ ਤੋਂ ਲੋ ਵੀ ਕੁਝ ਹੈਗੀ ਸੀ ਪਰ ਪਰ ਆ ਮੈਂ ਫੋਲੋ ਕਰਦਾ ਵਾਂ ਐਡੀ ਵੱਡੀ ਉਸ ਦੇ ਵਿੱਚ ਐਡੀ ਵੱਡੀ ਡੈਮੋਕ੍ਰੇਸੀ ਦੇ ਵਿੱਚ ਜਦੋਂ ਆਪਾਂ ਸਾਡਾ ਜਾ ਕੇ ਕੰਮ ਕਰਦੇ ਆ ਤੁਸੀਂ ਆ ਸਾਡੇ ਜਸ ਪੰਜਾਬੀ ਟੀਮ ਆ ਤਾਂ ਹੋਰ ਰਿਪੋਰਟਿੰਗਸ ਕੰਮ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਜਾਂ ਹੋਰ ਕੋਈ ਹਾਂਜੀ ਜੀ 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 ਨਹੀਂ ਡੈਫੀਨਟਲੀ ਨਿਕਲੀ ਆਈ ਥਿੰਕ ਤੁਸੀਂ ਇਹ ਬਹੁਤ ਇੰਪੋਰਟੈਂਟ ਪੁਆਇੰਟ ਰੇਸ ਕੀਤਾ ਥੈਂਕ ਯੂ ਫॉर ਕਾਲਿੰਗ ਇਨ ਕਿ ਜਿਸ ਤਰ੍ਹਾਂ ਤੁਹਾਨੂੰ ਆਪਾਂ ਪਹਿਲੇ ਵੀ ਦੱਸਿਆ ਸੀ ਮੰਡੇ ਦੇ ਪ੍ਰੋਗਰਾਮ ਦੇ ਵਿੱਚ ਆਮ ਕਿ ਤੁਸੀਂ ਸੋਸ਼ਲ ਮੀਡੀਆ ਨੂੰ ਸੋਚ ਕੇ ਯੂਜ਼ ਕਰੋ ਇਨ ਦਿਨਾਂ ਦੇ ਵਿੱਚ ਬਿਕੋਜ਼ ਸੋਸ਼ਲ ਮੀਡੀਆ ਤੇ ਕੋਈ ਵੀ ਕੁਝ ਵੀ ਪਾ ਸਕਦਾ ਹੈ ਰਾਈਟ ਆਮ ਈਵਨ ਜੋ ਇਹ ਵੱਡੇ ਪਲੇਟਫਾਰਮਸ ਹਨ ਟਵਿੱਟਰ ਫੇਸਬੁੱਕ ਇਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੇ ਵੀ ਮੈਸੇਜਸ ਨੂੰ ਥੋੜਾ ਕੰਟਰੋਲ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ਬਿਕੋਜ਼ ਉਹਨਾਂ ਦੀ ਆਡੀਅנס ਕਿੰਨੀ ਵੱਡੀ ਹੈ ਟਵਿੱਟਰ ਤੇ ਪ੍ਰੈਜ਼ੀਡੈਂਟ ਟਰੰਪ ਦੇ ਲਗਭਗ 180 ਮਿਲੀਅਨ ਫੋਲੋਅਰਸ ਹਨ ਰਾਈਟ ਸੋ ਜਦੋਂ ਉਹਨਾਂ ਦੀ ਕਹੀ ਹੋਈ ਇੱਕ ਚੀਜ਼ ਉਹ ਕਹਿੰਦੇ ਐ ਕਿੰਨੇ ਲੋਕਾਂ ਤੱਕ ਉਹ ਪਹੁੰਚਦੀ ਐ ਆਮ ਅਗਰ ਉਹ ਕੁਝ ਵੀ ਕਹਿ ਦਿੰਦੇ ਐ ਉਹ ਚੀਜ਼ ਲੋਕਾਂ ਤੱਕ ਪਹੁੰਚ ਕੇ ਉਹਨਾਂ ਨੂੰ ਇਨਫਲੂਐਂਸ ਕਰ ਰਹੀ ਐ ਰਾਈਟ ਸੋ ਸੋਸ਼ਲ ਮੀਡੀਆ ਤੇ ਖਾਸ ਕਰਕੇ ਇਸ ਇਲੈਕਸ਼ਨ ਨੂੰ ਲੈ ਕੇ ਡੈਫੀਨਿਟਲੀ ਤੁਸੀਂ ਕੇਅਰਫੁਲੀ ਇਨਫੋਰਮੇਸ਼ਨ ਨੂੰ ਕੰਜ਼ੂਮ ਕਰੋ ਆ ਜੋ ਮੇਨ ਸਟ੍ਰੀਮ ਆਪਾਂ ਕਹਿ ਸਕਦੇ ਆ ਰੈਪਿਊਟਿਡ ਆਰਗੇਨਾਈਜੇਸ਼ਨਸ ਹਨ ਭਾਵੇਂ ਉਹ ਕਨਸਰਵੇਟਿਵ ਲੀਨਿੰਗ ਹੋ ਲਿਬਰਲ ਲੀਨਿੰਗ ਹੋਣ ਆਮ ਐਟ ਲੀਸਟ ਸਾਨੂੰ ਪਤਾ ਹੈ ਕਿ ਉਹ ਥੋੜੀ ਜੀ ਡਿਲੀਜੈਂਸ ਤਾਂ ਕਰ ਰਹੇ ਹੈ ਬਿਫੋਰ ਉਹ ਤੁਹਾਨੂੰ ਕੁਝ ਵੀ ਪੇਸ਼ ਕਰਦੇ ਹੈ ਰਾਈਟ ਬਟ ਕਨਵਰਸੇਸ਼ਨ ਬਿਲਕੁਲ ਇਸੇ ਤਰ੍ਹਾਂ ਚੱਲ ਰਹੀ ਹੈ ਕਿ ਗੱਲ ਹੋ ਰਹੀ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਜਿੱਥੇ ਕੋਈ ਕਲੀਅਰ ਪ੍ਰੈਜ਼ੀਡੈਂਟ ਤਾਂ ਹਲੇ ਵਿਨਰ ਨਹੀਂ ਡਿਕਲੇਅਰ ਹੋਇਆ ਇਹ ਡਰੱਗਸ ਦੇ ਮੁੱਦੇ ਨੂੰ ਲੈ ਕੇ ਸਾਨੂੰ ਬਹੁਤ ਪ੍ਰੋਗਰੈਸ ਦਿਖਿਆ ਬਟ ਕੀ ਤੁਸੀਂ ਇਹਨੂੰ ਪ੍ਰੋਗਰੈਸ ਮੰਨਦੇ ਵੀ ਹੋ ਤੁਹਾਡਾ ਕੀ ਖਿਆਲ ਹੈ ਮੈਂ ਸੁਣਨਾ ਚਾਹੁੰਦੀ ਹਾਂ ਬ੍ਰੇਕ ਤੋਂ ਬਾਅਦ rick the bus are like by first Swagat. ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਇਹਨਾਂ ਪਾਵੇ ਅੱਜ ਆਪਾਂ ਤੁਹਾਨੂੰ ਇਹ ਨਹੀਂ ਦੱਸ ਸਕਦੇ ਕਿ ਕੌਣ ਯੂਨਾਈਟਿਡ ਸਟੇਟਸ ਦਾ ਨੈਕਸਟ ਪ੍ਰੈਜ਼ੀਡੈਂਟ ਬਣੂਗਾ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਸਕਦੀ ਕਿ ਇਸ ਕੰਟਰੀ ਨੇ ਇੱਕ ਬਹੁਤ ਹੀ ਨਵੀਂ ਡਾਇਰੈਕਸ਼ਨ ਇਹ ਇਲੈਕਸ਼ਨ ਵਿੱਚ ਚੁਣੀ ਹੈ ਖਾਸ ਕਰਕੇ ਜਿੱਥੇ ਡਰੱਗਸ ਦੀ ਗੱਲ ਆਉਂਦੀ ਹੈ ਡਰੱਗਸ ਦੀ ਡੀਕ੍ਰਿਮੀਨਲਾਈਜ਼ੇਸ਼ਨ ਦੀ ਗੱਲ ਆਉਂਦੀ ਹੈ ਤੇ ਕਿਸ ਤਰ੍ਹਾਂ ਇਸ ਕੰਟਰੀ ਉਹਨਾਂ ਨੂੰ ਪਿਨਲਾਈਜ਼ ਕਰਦਾ ਹੈ ਜੋ ਕਿਸੇ ਵੀ ਡਰੱਗਸ ਦੇ ਨਾਲ ਫੜੇ ਜਾਂਦੇ ਹੈ ਜਾਂ ਉਹਨਾਂ ਨੂੰ ਯੂਜ਼ ਕਰਦੇ ਇਸਤੇਮਾਲ ਕਰਦੇ ਪਾਵੇ ਉਹ ਮੈਰੋਆਨਾ ਹੋਵੇ ਜਾਂ ਆਦਰ ਡਰੱਗਜ਼ ਨੂੰ ਕੋਕੇਨ ਹੈਰੋਇਨ ਨਾਰਕੋਟਿਕਸ ਜਿਸ ਤਰ੍ਹਾਂ 오ਰੇਗਨ ਵਿੱਚ ਤੁਹਾਨੂੰ ਦੱਸ ਰਹੀ ਸੀ ਕਿ ਉਹਨਾਂ ਨੇ ਹਰ ਇੱਕ ਡਰਗ ਨੂੰ ਡੀਕ੍ਰਿਮੀਨਲਾਈਜ਼ ਕਰਤਾ ਹੈ ਅਗਰ ਤੁਸੀਂ 오ਰੇਗਨ ਸਟੇਟ ਵਿੱਚ ਰਹਿੰਦੇ ਹੋ ਤੁਸੀਂ ਹੈਰੋਇਨ ਜਾਂ ਕੋਕੇਨ ਜਾਂ ਮੈਰੀਵਾਨਾ ਦੇ ਨਾਲ ਫੜੇ ਜਾਂਦੇ ਹੋ ਤੁਹਾਡਾ ਜੇਲ ਟਾਈਮ ਤੁਹਾਡੀ ਅਰੈਸ ਤੁਹਾਡੀ ਸੈਂਟੈਂਸਿੰਗ ਇਹ ਸਾਰੀ ਚੀਜ਼ਾਂ ਹੁਣ ਚੇਂਜ ਹੋਣਗੀਆਂ ਇਹ ਚੀਜ਼ਾਂ ਦੀ ਜਿਉ ਤੁਸੀਂ ਕਹਿ ਲੋ ਪੈਨਲਟੀ ਹੋਏਗੀ ਹੁਣ ਇਟ ਊ ਬੀ ਲਾਈਕ ਗੇਟਿੰਗ ਅ ਪਾਰਕਿੰਗ ਟਿਕਟ অর ਸਪੀਡਿੰਗ ਟਿਕਟ ਇੱਕ ਵਾਇਲੇਸ਼ਨ ਤੁਹਾਨੂੰ ਮਿਲੇਗੀ ਨਾ ਕਿ ਇੱਕ ਵੱਡਾ ਅਫੈਂਸ ਜਿਹਦੇ ਲੀਗਲ ਰੀਪਰਕਸਨਸ ਤੁਹਾਨੂੰ ਲਾਈਫ ਲੌਂਗ ਜੇਲ ਨੇ ਪੈਣਗੇ ਸੋ ਇਸ ਚੀਜ਼ ਨੂੰ ਲੈ ਕੇ ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੀ ਆ ਕੀ ਤੁਹਾਨੂੰ ਲੱਗਦਾ ਕਿ ਇਹ ਸਹੀ ਸਟੈਪ ਲਿੱਤਾ ਹੈ ਵੱਖ-ਵੱਖ ਸਟੇਟਸ ਨੇ ਜਿਸ ਤਰ੍ਹਾਂ ਨਿਊ ਜਰਸੀ ਨੇ ਵੀ ਰੈਕ੍ਰੀਏਸ਼ਨਲ ਮੈਰਾਵਾਨਾ ਨੂੰ ਲੀਗਲ ਲਾਈਜ਼ ਕੀਤਾ ਹੈ ਇਸ ਚੀਜ਼ ਨੂੰ ਲੈ ਕੇ ਤੁਹਾਡੇ ਵਿਚਾਰ ਸੁਣਨੇ ਆ ਕੁਝ ਕੋਲਰ ਸਾਡੇ ਨਾਲ ਜੁੜ ਚੁੱਕੇ ਐ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂ ਨਹੀਂ ਜਸੀ ਘਰ ਨੇ ਸਤਿ ਸ਼੍ਰੀ ਅਕਾਲ ਦੱਸੋ ਤੁਹਾਡਾ ਕੀ ਵਿਚਾਰ ਹੈ ਡਰੱਗਸ ਨੂੰ ਲੈ ਕੇ ਮੇਰਾ ਵਿਚਾਰ ਇਹ ਹੈ ਕਿ ਜੋ ਵੀ ਹੋਇਆ ਬਿਲਕੁਲ ਸਹੀ ਹੋਇਆ ਮੈਂ ਬਿਲਕੁਲ ਸਹਿਮਤ ਹਾਂ ਇਸ ਚੀਜ਼ ਨਾਲ ਮੈਂ ਤਾਂ ਕਹਦੇ ਹਾਂ ਕਿ ਪੂਰੇ ਅਮਰੀਕਾ ਦੇ ਵਿੱਚ ਇਹਨਾਂ ਨੂੰ ਸਾਰੇ ਡਰੱਗ ਜੇ ਕ੍ਰਿਮੀਨਲ ਕਰ ਲੈਣਾ ਚਾਹੀਦਾ ਕਿਉਂਕਿ ਜੇ ਤੁਸੀਂ ਕਿਸੇ ਇਸੇ ਵੀ ਡਰਗ ਦੇ ਨਾਲ ਕੱਲੀ ਕਿਤੇ ਵੀ ਫੜੇ ਜਾਂਦੇ ਆ ਤੇ ਇਹ ਜਿਹੜਾ ਲੀਗਲ ਨੈਟ ਦਾ ਅਮਰੀਕਾ ਦਾ ਇਹ ਤੁਹਾਡੀ ਯੰਗ ਯੂਥ ਦੀ ਜਿੰਦਗੀ ਖਰਾਬ ਕਰ ਦਿੰਦਾ ਪੂਰੀ ਦੀ ਪੂਰੀ ਜ਼ਿੰਦਗੀ ਤੁਹਾਡੀ ਖਤਮ ਹੋ ਜਾਂਦੀ ਆ ਤੁਹਾਡੇ ਕੇਸ ਪੈਂਦੇ ਆ ਸੋ ਉਹਦੇ ਨਾਲ ਉਹ ਚਿੰਗਰ ਜਿੱਦਾਂ ਆਰਗਨ ਦੇ ਵਿੱਚ ਹੈਗਾ ਕਿ ਤੁਹਾਨੂੰ ਟਿਕਟ ਮਿਲਦੀ ਆ ਤੇ ਉਹ ਚੀਜ਼ ਬਿਲਕੁਲ ਵਧੀਆ ਮੈਂ ਉਹਦੇ ਨਾਲ ਪੂਰੀ ਪੂਰੀ ਸਹਿਮਤੀ ਹਾਂਦਾ ਥੈਂਕ ਯੂ ਜੀ ਤੁਹਾਡੇ ਵਿਚਾਰ ਲਈ ਇੱਕ ਕਾਫੀ ਕੰਟਰੋਵਰਸ਼ਲ ਤੁਸੀਂ ਸਟੇਟਮੈਂਟ ਕਹੀ ਹੈ ਕਿ ਪੂਰੇ ਕੰਟਰੀ ਨੂੰ ਸਾਰੇ ਡਰੱਗਸ ਨੂੰ ਡੀਕ੍ਰਿਮੀਨਲਾਈਜ਼ ਕਰਨਾ ਚਾਹੀਦਾ ਬਟ ਆਈ ਐਗਰੀ ਵਿਦ ਵਨ ਥਿੰਗ ਕਿ ਜੋ ਯੂਥ ਹੈਗੀ ਜੋ ਇਸ ਚੀਜ਼ ਦੇ ਨਾਲ ਸਭ ਤੋਂ ਜ਼ਿਆਦਾ ਅਫੈਕਟ ਹੁੰਦੀ ਹੈ ਪਾਵੇਂ ਉਹ ਓਪੀਓਇਡ ਕ੍ਰਾਈਸਿਸ ਨੂੰ ਤੁਸੀਂ ਵੇਖ ਲਓ ਜਿਸ ਤਰ੍ਹਾਂ ਹੈਰੋਇਨ ਨੇ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕਰਤੀ ਜ਼ਿੰਦਗੀ ਲੈ ਲਈ ਇਸ ਕੰਟਰੀ ਦੇ ਵਿੱਚ ਆਮ ਤੇ ਜਿੱਥੇ ਛੋਟੇ ਲੈਵਲ ਦੇ ਅਫੈਂਸਸ ਮਹਿਰਵਾਨਾ ਨੂੰ ਲੈ ਕੇ ਲੋਕਾਂ ਦੇ ਪਰਮਨੈਂਟ ਰੈਕਡ ਤੇ ਹਮੇਸ਼ਾ ਰਹਿ ਜਾਂਦੇ ਹਨ ਉਹਨਾਂ ਦੇ ਫਿਊਚਰ ਪ੍ਰੋਸਪੈਕਟਸ ਨੂੰ ਖਰਾਬ ਕਰ ਦਿੰਦੇ ਮੇਬੀ ਵੀ ਹਵ ਟੂ ਥਿੰਕ ਕਿ ਡੀਕ੍ਰਿਮੀਨਲਾਈਜੇਸ਼ਨ ਇਹ ਔਰੇਗਨ ਵਾਲਾ ਜੋ ਇਹ ਫਾਰਮੈਟ ਹੈ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਸਸਿਕਾਲ ਤੁਸੀਂ ਔਨ ਹੋ ਹੋ ਅਨਹੀਂ ਸਸਿਕਾਲ ਜੀ ਇਸਮਿਤਰਾ ਜੀ ਸਸਿਕਾਲ ਜੀ ਦੱਸੋ ਹਾਂ ਜੀ ਮੈਂ ਡਰਗਜ਼ ਦੇ ਬਾਰੇ ਕੁਝ ਦੱਸਣਾ ਚਾਹੁੰਦਾ ਜਿਹੜੀ ਅੱਜ ਤੁਸੀਂ ਕਿਹਾ ਵੀ ਵਾਰ ਆਨ ਡਰਗਜ਼ ਜੀ ਪਲੀਜ਼ ਦੱਸੋ ਹਾਂ ਉਹ ਤਾਂ ਨਹੀਂ ਮੈਂ ਥੋੜਾ ਜਿਆਦਾ ਪਿੱਛੇ ਚੱਲਦਾ ਜੀ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਜਿਹੜੇ ਸੈਕੰਡ ਵਰਲਡ ਵਾਰ ਦੇ ਬੇਬੀ ਬੂਮਰ ਸੀਗੇ ਜਦੋਂ ਉਹਨਾਂ ਨੇ ਆਪਣੀ ਅਡਲਟ ਉੱਦ ਨੂੰ ਅਡਾਪਟ ਕੀਤਾ ਕਮੈਂ ਮਿਡ 60ਸ ਤੋਂ ਮਿਡ 70ਸ ਮੈਂ ਕਾਲਜਾਂ ਦੇ ਵਿੱਚ ਰਿਹਾ ਤੇ ਉਦੋਂ ਅਮਰੀਕਾ ਤੋਂ ਯੂਰਪ ਤੋਂ ਕਈ ਲੋਕ ਇੰਡੀਆ ਜੰਦੇ ਜੀ ਇੱਕ ਗਰੁੱਪ ਆਇਆ ਕਰਦਾ ਯੂਰਪ ਤੋਂ ਕਾਸਮੋ 1 ਕਾਸਮੋ 2 ਤੋਂ ਚਲਦਿਆ ਚਲਦਿਆ ਉਹਨਾਂ ਲੋਕਾਂ ਦੇ ਵਿੱਚ ਨਾ ਡਰੱਗ ਦਾ ਉਦੋਂ ਬੜਾ ਜ਼ਿਆਦਾ ਯੂਜ਼ ਸੀਗਾ ਮਾਰੂਆ ਨੇ ਦਾ ਅਰੋਗ ਹੋਇਆ ਬੇ ਉਹ ਫਿਰ ਐਸੀ ਲਹਿਰ ਫੜ ਗਈ ਉਹ ਫਿਰ ਹਿੱਪੀ ਲਹਿਰ ਆ ਗਈ ਡਰੱਗ ਦਾ ਜਿਹੜਾ ਬਹੁਤ ਯੂਜ਼ ਹੋ ਗਿਆ ਇਧਰ ਅਮਰੀਕਾ 'ਚ ਸੈਕੰਡ ਸੌਰੀ ਉਹ ਵਿਟਨ ਵਾਰ ਲੱਗ ਗਈ ਜਿਹੜੇ ਵਿਟਨ ਵੈਟਰਨ ਸੀਗੇ ਕਾਲਜਾਂ ਦੇ ਸਟੂਡੈਂਟ ਲਾਈਕ ਦੇ ਯੂਜ਼ ਟੂ ਯੂਜ਼ ਦਾ ਡਰੱਗ ਕ੍ਰੇਜ਼ੀ ਕਿਉਂਕਿ ਪ੍ਰੈਸ਼ਰ ਸੀਗੇ ਦੂਜੇ ਸੀ ਉਹ ਜਦੋਂ ਉਹ ਰੇਗਨ ਆਏ ਤੋਂ ਡਰੱਗਸ ਦਾ ਇੱਥੇ ਬਹੁਤ ਸੀ ਮੈਂ ਉਦੋਂ ਅਮਰੀਕਾ ਜੀ ਸੀ ਇੱਥੇ ਤੋਂ ਬਹੁਤ ਜ਼ਿਆਦਾ ਸੀ ਤੋਂ ਜਦੋਂ ਨੈਂਸੀ ਰੇਗਨ ਨੇ ਜਿਹੜੀ ਉਹ ਤੁਸੀਂ ਅੱਜ ਦੱਸੀ ਆ ਵਾਰ ਔਨ ਡਰੱਗਸ ਕੀਤੀ ਉਹਨਾਂ ਨੇ ਇੱਕ ਨਾ ਐਡ ਬਣਾਈ ਸੀ ਉਹਦੇ ਉੱਤੇ ਇੱਕ ਹਾਰਟ ਪਲੇਟ ਸੀ ਥੱਲੇ ਬਲਦੀ ਜਦੋਂ ਉਹ ਚੋਂ ਸ਼ੇਕ ਨਿਕਲਦਾ ਸੀ ਉਹਦੇ ਉੱਤੇ ਆਂਡਾ ਤੋੜ ਕੇ ਪਾ ਦਿੰਦੇ ਸੀ ਤੋਂ ਕਹਿੰਦੇ ਸੀ ਵੀ ਆ ਦੇਖੋ ਆ ਥੱਲੇ ਡਰੱਗਸ ਹੈ ਜਿਹੜੀਆਂ ਗਰਮ ਪਲੇਟ ਹੈ ਹਰ ਆਂਡਾ ਇਜ਼ ਯੋਰ ਬ੍ਰੇਨ ਭਈ ਤੁਸੀਂ ਇਹ ਡਰੱਗਸ ਖਾਓਗੇ ਤੇ ਤੁਹਾਡਾ ਜਿਹੜਾ ਬ੍ਰੇਨ ਹੈ ਖਤਮ ਹੋ ਜਾਊ ਉਹਦੇ ਨਾਲ ਡਰੱਗਸ ਸਕੂਲ ਦੇ ਵਿੱਚ ਡੇਅਰ ਪ੍ਰੋਗਰਾਮ ਚਲਾ ਕੇ ਸਾਡੇ ਬੱਚੇ ਵੀ ਇੱਥੇ ਪੜ੍ਹੇ ਤੇ ਬਹੁਤ ਜ਼ਿਆਦਾ ਬੱਚੇ ਵੀ ਲਿਆਉਂਦੇ ਸੀ ਉਹਨਾਂ ਨੂੰ ਸਰਟੀਫਿਕੇਟ ਮਿਲਦਾ ਸੀ ਤੇ ਉਹ ਡਰੱਗਸ ਬਹੁਤ ਕੰਟਰੋਲ ਹੋਈਆਂ ਹੁਣ ਤੁਸੀਂ ਜਿਹੜੀ ਗੱਲ ਕੀਤੀ ਵੀ ਅੱਜ ਦੇ ਜਮਾਨੇ 'ਚ ਫੇਰ ਉਹ 20 ਸਾਲ ਲੰਘੇ 25 ਇਹ ਹੁਣ ਜਿਹੜੇ ਇੱਕ ਸਟੇਟ ਤੋਂ ਦੂਜੀ ਤੀਜੀ ਚੌਥੀ ਚਲੋ ਅੱਜ ਤੇ ਰੀਕ੍ਰੀਏਸ਼ਨਲ ਯੂਜ਼ ਹੈ ਪਰ ਅਲਟੀਮੇਟਲੀ ਤੁਸੀਂ ਦਸਾਂ ਸਾਲਾਂ ਨੂੰ ਵੇਖਣਾ ਇਹਨਾਂ ਦਾ ਇਹ ਨਾ ਯੂਜ਼ ਹੋਏਗਾ ਕਿਉਂਕਿ ਇਹ ਜੀ ਹਿਊਮਨ ਸਾਨੂੰ ਅਗਰ ਥੋੜੀ ਜਿਹੀ ਰਿਲੈਕਸੇਸ਼ਨ ਮਿਲਦੀ ਆ ਅਸੀਂ ਉਹਨੂੰ ਐਕਸਪਲੋਇਟ ਕਰਦੇ ਆਂ ਹੋਰ ਬਹੁਤ ਚੀਜ਼ਾਂ ਚੰਗੀਆਂ ਦੁਨੀਆ 'ਚ ਰੱਖਣ ਵਾਸਤੇ ਡੈਮੋਕ੍ਰੇਸੀ ਆਪਣੀ ਨੂੰ ਬਚਾਓ ਜੋ ਅਸੀਂ ਅੱਜ ਦੇ ਦਿਨ ਦੇਖ ਰਹੇ ਆਂ ਕਿ ਕੀ ਹੋ ਰਿਹਾ ਕਿ ਅਮਰੀਕਾ ਵਰਗੀ ਕੰਟਰੀ ਜਿਹੜੀ ਸੈਕੰਡ ਵਰਲਡ ਵਾਰ ਤੋਂ ਬਾਅਦ ਸਾਰੀ ਦੁਨੀਆ 'ਚ ਡਿਕਟੇਟਰਸ਼ਿਪ ਤੇ ਰਿਪ੍ਰੈਸ਼ਨ ਤੇ ਫਰੀडम ਨੂੰ ਬਹਾਲ ਕਰ ਰਹੀ ਆ ਅੱਜ ਸਾਡੀ ਡੈਮੋਕ੍ਰੇਸੀ ਇੱਥੇ ਜਾ ਕੇ ਖਲੋਗੇ ਹੀ ਬਈ ਕਿ ਅਸੀਂ ਉਹ ਕਹਿ ਰਹੇ ਆ ਕਿ ਇੱਥੇ ਵੋਟ ਸਾਡੇ ਠੀਕ ਨਹੀਂ ਹੈ ਸੋ ਇਸ ਕਰਕੇ ਬਹੁਤ ਹੋਰ ਚੰਗੀਆਂ ਚੀਜ਼ਾਂ ਕਰਨ ਵਾਲੀਆਂ ਡਰੱਗਸ ਤਾਂ ਬਾਅਦ ਦੀ ਗੱਲ ਹੈ ਇਹ ਨਹੀਂ ਹੋਣੀ ਚਾਹੀਦੀ ਜੀ ਥੈਂਕ ਯੂ ਸੋ ਮਚ ਤੁਹਾਡੇ ਕਮੈਂਟ ਲਈ ਐਂਡ ਆਈ ਥਿੰਕ ਇਹ ਬਹੁਤ ਇੱਕ ਉਮ ਯੂ ਨੋ ਪਸਾਰੇ ਸਾਈਡਸ ਨੂੰ ਹਮੇਸ਼ਾ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਰਾਈਟ ਸੋ ਇੱਕ ਤਰਫ ਤੁਹਾਡਾ ਯੂਥ ਦਾ ਪਰਸਪੈਕਟਿਵ ਹੈ ਕਿ ਅਗਰ ਕੋਈ ਚੀਜ਼ ਦਾ ਸਾਨੂੰ ਰੈਕ੍ਰੀਏਸ਼ਨਲੀ ਕੋਈ ਫਾਇਦਾ ਹੋ ਰਿਹਾ ਉਹਨੂੰ ਅਬਿਊਜ਼ ਨਹੀਂ ਕਰ ਰਹੇ ਉਮ ਉਹਦੇ ਜੋ ਮਾੜੇ ਸਾਈਡ ਇਫੈਕਟਸ ਹਨ ਜਿਸ ਤਰ੍ਹਾਂ ਅਗਰ ਤੁਸੀਂ ਛੋਟੇ ਅਮਾਉਂਟ ਆਫ ਮੈਰਵਾਨਾ ਦੇ ਨਾਲ ਫੜੇ ਜਾਂਦੇ ਹੋ ਤੁਹਾਨੂੰ ਅਰੈਸਟ ਕੀਤਾ ਜਾਂਦਾ ਹੈ ਤੁਹਾਡੇ ਪਰਮਨੈਂਟ ਰੈਕਡ ਤੇ ਉਹ ਚੀਜ਼ ਰਹਿੰਦੀ ਹੈ ਤੁਹਾਨੂੰ ਪੂਰੀ ਜ਼ਿੰਦਗੀ ਫਾਲੋ ਕਰ ਸਕਦੀ ਹੈ ਉਮ ਵਰਸਸ ਜਿਨ੍ਹਾਂ ਨੇ ਇੱਕ ਹਿਸਟੋਰੀਕਲ ਤੌਰ ਤੇ ਜਿਸ ਤਰ੍ਹਾਂ ਸਾਡੇ ਕਾਲਰ ਨੇ ਸ਼ੇਅਰ ਕੀਤਾ ਦੇਖਿਆ ਕਿ ਇਸ ਕੰਟਰੀ ਦੀ ਕੀ ਰਿਲੇਸ਼ਨਸ਼ਿਪ ਰਹੀ ਹੈ ਡਰੱਗਸ ਦੇ ਨਾਲ ਆਪਾਂ 60s ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਾਲਰ ਕਹਿ ਰਹੇ ਸੀ ਵੀਟਨਾਮ ਵਾਰ ਤੋਂ ਬਾਅਦ ਕਿਸ ਤਰ੍ਹਾਂ ਇੱਕ ਕੰਟਰੀ ਉਹ ਮੈਰੋਵਾਨਾ ਹਿੱਪੀ ਮੂਵਮੈਂਟ ਦੇ ਨਾਲ ਜਕੜਿਆ ਹੋਇਆ ਸੀ ਐਂਡ ਕਿਉਂ ਉਹ ਵਾਰ ਔਨ ਡਰੱਗਸ ਡਿਕਲੈਰ ਕੀਤੀ ਗਈ ਸੀ ਬਟ ਅਗਰ ਆਪਾਂ ਅੱਜ ਗੱਲ ਕਰਦੇ ਹਾਂ ਦ ਕੁਐਸਚਨ ਇਜ਼ ਰੀਲੀ ਥਿਸ ਡਰੱਗਸ ਨੂੰ ਡਿਕ੍ਰਿਮੀਨਲਾਈਜ਼ ਕਰਕੇ ਜਾ ਸਾਨੂੰ ਜ਼ਿਆਦਾ ਫਾਇਦਾ ਹੈ ਜਾਂ ਜ਼ਿਆਦਾ ਨੁਕਸਾਨ ਇਹੀ ਮੈਂ ਸਵਾਲ ਤੁਹਾਡੇ ਤੋਂ ਇੱਕ ਵਾਰੀ ਫਿਰ ਪੁੱਛਾਂਗੀ ਤੁਹਾਡੇ ਖਿਆਲ ਸਾਨੂੰ ਇਸ ਕੰਟਰੀ ਦੇ ਵਿੱਚ ਡਰੱਗਸ ਨੂੰ ਡੀਕ੍ਰਿਮੀਨਲਾਈਜ਼ ਕਰਕੇ ਪਰ ਲੀਗਲਾਈਜ਼ ਨਹੀਂ ਕਰ ਰਹੇ ਕਿ ਤੁਸੀਂ ਕਿਸੇ ਵੀ ਦੁਕਾਨ ਤੋਂ ਜਾ ਕੇ ਕੋਈ ਵੀ ਡਰੱਗ ਲੈ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਸ਼ਰਾਬ ਲੈਂਦੇ ਹੋ ਬਟ ਡੀਕ੍ਰਿਮੀਨਲਾਈਜ਼ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਅਗਰ ਤੁਸੀਂ ਫੜੇ ਜਾਂਦੇ ਹੋ ਉਹ ਚੀਜ਼ ਹਲੇ ਵੀ ਲੀਗਲ ਨਹੀਂ ਹੈ ਬਟ ਉਹ ਇਲੀਗਲ ਵੀ ਨਹੀਂ ਹੈਗੀ ਮਤਲਬ ਤੁਸੀਂ ਫੜੇ ਜਾਂਦੇ ਹੋ ਤੇ ਜਿਸ ਤਰ੍ਹਾਂ ਅਗਰ ਤੁਸੀਂ ਸਪੀਡ ਕਰ ਰਹੇ ਹੋ ਤੁਹਾਨੂੰ ਟਿਕਟ ਮਿਲਦੀ ਹੈ ਤੇ ਉਹਦੇ ਰੀਪਰਕਸਨਸ ਹੈਗੇ ਤੁਹਾਡੇ ਲਈ ਬਟ ਇੰਨੇ ਨਹੀਂ ਹੈਗੇ ਕਿ ਤੁਹਾਡੀ ਪੂਰੀ ਜ਼ਿੰਦਗੀ ਖਰਾਬ ਹੋ ਜਾਂਦੀ ਉਹਦੀ ਗੱਲ ਹੋ ਰਹੀ ਹੈ ਇਸ ਸਵਾਲ ਤੇ ਮੈਂ ਤੁਹਾਡੇ ਵਿਚਾਰ ਸੁੰਣਾ ਚਾਹੁੰਦੀ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਇਆ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਮੈਂ ਤੁਹਾਡੀ ਹੋਸਟ ਆਸ਼ਮਿਤਾ ਤੇ ਗੱਲ ਹੋ ਰਹੀ ਹੈ ਜੋ ਕੁਝ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਇੰਪੋਰਟੈਂਟ ਗਰਾਉਂਡ ਬ੍ਰੇਕਿੰਗ ਲੈਜਿਸਲੇਸ਼ਨ ਇਸ ਟਿਊਜ਼ਡੇ ਦੇ ਇਲੈਕਸ਼ਨ ਵਿੱਚ ਅਪਰੂਵ ਹੋਈ ਹੈ ਆਪਾਂ ਕਹਿ ਸਕਦੇ ਹਾਂ ਜਿੱਥੇ ਇਸ ਕੰਟਰੀ ਦੇ ਵਿੱਚ ਇੱਕ ਵਾਰ ਔਨ ਡਰੱਗਸ ਨੈਂਸੀ ਰੇਗਨ ਪ੍ਰੈਜ਼ੀਡੈਂਟ ਰੇਗਨ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ ਉਹ ਹੁਣ ਸਾਨੂੰ ਡਿਟੇਰੀਏਟ ਹੁੰਦੀ ਦਿਖ ਰਹੀ ਹੈ ਇਨ ਫੈਕਟ ਇਸ ਵਾਰ ਔਨ ਰੱਗਸ ਨੂੰ ਖਤਮ ਕਰਨ ਦੇ ਵਿੱਚ ਬਾਈ ਪਾਰਟਿਸਨ ਸਪੋਰਟ ਹੈਗੀ ਕੁਝ ਇਹੋ ਜਿਹੇ ਰਿਪਬਲਿਕਨ ਜਿਸ ਤਰ੍ਹਾਂ ਤੁਸੀਂ ਸ਼ਾਇਦ ਜਾਣਦੇ ਹੋ ਨਿਓ ਮਿਸਟਰ ਜਾਨ ਬੋਨਰ ਦ ਫਾਰਮਰ ਰਿਪਬਲਿਕਨ ਸਪੀਕਰ ਆਫ ਦ ਹਾਊਸ ਉਨਾ ਨੇ ਜੋ ਇੱਕ ਬਹੁਤ ਹੀ ਵੱਡੇ ਲੈਵਲ ਦੇ اپੋਨੈਂਟ ਸੀਗੇ ਮੈਰਵਾਨਾ ਲੀਗਲਾਈਜੇਸ਼ਨ ਨੂੰ ਲੈ ਕੇ ਰਿਪਬਲਿਕਨ ਹਨ Oh, he a politician, a former Republican Speaker of the House, who is the chairman of the National Cannabis Roundtable, National Marijuana Roundtable, which is lobbying group, government with Marijuana they have to marijuana. So you can see that he is a staunch Republican. ਬਟ ਅ اپੋਨੈਂਟ ਆਫ ਮੈਰਾਵਾਨਾ ਹੁਣ ਮੈਰਾਵਾਨਾ ਦੀ ਸਪੋਰਟ ਲੈ ਗਵਰਨਮੈਂਟ ਵਿੱਚ ਜਾ ਕੇ ਲੋਬੀ ਕਰ ਰਿਹਾ ਐ ਸੋ ਕਿਸ ਤਰ੍ਹਾਂ ਇਸ ਕੰਟਰੀ ਦਾ ਮਾਈਂਡਸੈਟ ਚੇਂਜ ਹੋਇਆ ਇਸ ਚੀਜ਼ ਨੂੰ ਲੈ ਕੇ ਐਂਡ ਕੀ ਇਹਦੇ ਵਿੱਚ ਕੋਈ ਫਾਇਦਾ ਹੈ ਜਾਂ ਜ਼ਿਆਦਾ ਨੁਕਸਾਨ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਆ ਕੁਝ ਕੋਲਰ ਸਾਡੇ ਨਾਲ ਜੁੜ ਚੁੱਕੇ ਐ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਤਿ ਸ਼੍ਰੀ ਅਕਾਲ ਲਸ਼ਮੀਤਾ ਜੀ ਮੈਂ ਗੁਰਦੀਪ ਸਿੰਘ ਸੰਧਰ ਬੋਲਦਾ ਹਾਂ ਜੀ ਸਤਿ ਸ਼੍ਰੀ ਅਕਾਲ ਸੰਧਰ ਸਾਹਿਬ ਦੱਸੋ ਤੁਹਾਡੇ ਕੀ ਵਿਚਾਰ ਨੇ ਇਸ ਟੌਪਿਕ ਤੇ ਪੰਜਾਬੀ ਦੀ ਇੱਕ ਕਹਾਵਤ ਹੈ ਜਦੋਂ ਕੋਈ ਵਧੀਆ ਕੰਮ ਹੁੰਦਾ ਜਾਂ ਕਿਸੇ ਚੀਜ਼ 'ਚ ਲਾਭ ਹੁੰਦਾ ਤਾਂ ਅਸੀਂ ਉਹ ਬੰਦੇ ਨੂੰ ਕਹਿੰਨੇ ਆ ਕਿ ਫਲਾਣਾ ਸਿਆ ਤੇਰੇ ਤਾਂ ਦੋਨਾਂ ਹੱਥਾਂ 'ਚ ਲੱਡੂ ਆ ਪਰ ਇੱਥੇ ਉਲਟਾ ਆ ਜੇ ਸਰਕਾਰਾਂ ਆਪਣੇ ਫਾਇਦੇ ਲਈ ਕਾਨੂੰਨ ਬਣਾਉਂਦੀਆਂ ਜਿਹੜੀ ਅਗਲੀ ਸਰਕਾਰ ਆਏਗੀ ਉਹ ਉਹਨਾਂ ਨੂੰ ਜਿਸੇਗਾ ਜ਼ਿਆਦਾ ਕ੍ਰਾਈਮ ਹੋ ਰਿਹਾ ਟਰੱਕਾ ਕੇ ਉਹ ਬੰਦ ਕਰ ਦੇਣੀਆਂ ਪਰ ਦੋਨੋਂ ਹੀ ਤਰਫ ਚਾਹੇ ਉਹ ਫੇਵਰ 'ਚ ਬਣਾਉਣ ਜਾਂ ਨਾ ਫੇਵਰ 'ਚ ਉਹਨੂੰ ਕੱਟ ਕਰ ਦੇਣ ਦੋਨਾਂ ਹੱਥਾਂ 'ਚ ਲੱਡੂਆਂ ਦੀ ਬਜਾਏ ਜ਼ਹਿਰ ਹੈ। ਇਹਦੇ ਵਿੱਚ ਦੋਨਾਂ ਹੀ ਤਰ੍ਹਾਂ ਪਬਲਿਕ ਦੀ ਹਾਰ ਹੈ। ਚਾਹੇ ਉਹਨਾਂ ਨੂੰ ਲੱਡੂ ਦੇ ਦਿਓ, ਚਾਹੇ ਉਹਨਾਂ ਦੇ ਖੋਲੋ। ਜੇ ਦੇ ਦੇਵਾਂਗੇ ਤਾਂ ਉਹ ਡਰਗ ਖਾ ਖਾ ਕੇ ਕਮਜ਼ੋਰ ਹੋਣਗੇ, ਸਿਹਤਾਂ ਕਮਜ਼ੋਰ ਹੋਣਗੀਆਂ, ਪੈਰੈਂਟਸ ਤੇ ਫਰਕ ਪਏਗਾ, ਸਮਾਜ ਖਰਾਬ ਹੋਏਗਾ। ਤੇ ਜੇ ਉਹ ਬੰਦ ਕਰ ਦੇਣਗੇ ਤਾਂ ਫਿਰ ਉਹ ਤਰਲੋ ਮੱਛੀ ਹੋਣਗੇ ਉਹਨੂੰ ਪਾਉਣ ਲਈ ਕ੍ਰਾਈਮ ਵਧੇਗਾ, ਲੁੱਟਾਂ ਖੋਹਾਂ ਵਧਣਗੀਆਂ। ਦੋਨੋਂ ਤਰ੍ਹਾਂ ਪਬਲਿਕ ਦੀ ਹਾਰ ਹੈ। ਇਹ ਜਿਹੜੇ ਇੱਕ ਸਰਕਾਰਾਂ ਹੁੰਦੀਆਂ ਆਪਣੇ ਫਾਇਦੇ ਲਈ ਕਦੀ ਕੋਲ ਉਪਨੋ ਬਣਾਉਂਦੀਆਂ ਕੱਲ ਦੂਜੀ ਆ ਗਈ ਉਹ ਹਟਾ ਦੇਗੀ ਫਿਰ ਬਣ ਜਾਏਗਾ ਫਿਰ ਅੱਜ ਜਗਾ ਇਦਾਂ ਹੀ ਚੱਲਣਾ ਪਬਲਿਕ ਦਾ ਨੁਕਸਾਨ ਹੈ ਪਬਲਿਕ ਨੂੰ ਆਪ ਸਮਝਣਾ ਪੈਣਾ ਕਿ ਸਾਨੂੰ ਇਹ ਚੀਜ਼ ਫਾਇਦਾ ਦਿੰਦੀ ਹੈ ਜਾਂ ਨੁਕਸਾਨ ਦਿੰਦੀ ਹੈ ਹਰ ਇੱਕ ਦਾ ਦਿਮਾਗ ਆਨਿਸ ਆਇਨਸਟਾਈਨ ਦੀ ਤਰ੍ਹਾਂ ਬਰਾਬਰ ਹੈ ਪਰ ਤੁਹਾਡੇ ਦਿਮਾਗ ਦੇ ਵਿੱਚ ਕੀ ਭੇਰਡ ਹੈ ਉਹ ਅਲੱਗ-ਅਲੱਗ ਜਿਹੜਾ ਆ ਉਹ ਅਲੱਗ-ਅਲੱਗ ਭਰਿਆ ਆ ਉਹਨੂੰ ਤੁਸੀਂ ਇਹ ਠੀਕ ਭਰੋਗੇ ਦਿਮਾਗ ਤੇ ਨੌਜਵਾਨ ਪੀੜ੍ਹੀ ਜਾਂ ਕੋਈ ਵੀ ਤਾਂ ਤੁਹਾਡੀ ਜਿਹੜੀ ਲਾਈਫ ਹੈ ਵਧੀਆ ਹੋ ਜਾਏਗੀ ਨਹੀਂ ਤਾਂ ਕਟ ਜਾ ਹੋ ਜਾਏਗੀ ਤੁਸੀਂ ਆਪਣੇ ਆਪ ਹੀ ਸੋਚਣਾ ਹੈ ਸਰਕਾਰਾਂ ਨੇ ਤਾਂ ਕਦੀ ਦੇਣਾ ਹੈ ਕਦੀ ਖੋ ਲੈਣਾ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੰਦਰ ਸਾਹਿਬ ਤੁਹਾਡੀ ਮੈਂ ਇੱਕ ਚੀਜ਼ ਤੋਂ ਲੈ ਕੇ ਆਪਣਾ ਨੈਕਸਟ ਪੁਆਇੰਟ ਬਣਾਉਣਾ ਚਾਹੁੰਦੀ ਹਾਂ ਤੁਸੀਂ ਕਹਿੰਦੇ ਪਬਲਿਕ ਇਸ਼ੂ ਹੈ ਮੈਂ ਇਥੇ ਕਵਾਂਗੀ ਇਹ ਪਬਲਿਕ ਹੈਲਥ ਇਸ਼ੂ ਹੈ ਇਹ ਪਬਲਿਕ ਹੈਲਥ ਇਸ਼ੂ ਇਸ ਕਰਕੇ ਹੈਗਾ ਬਿਕੋਜ਼ ਜਿੱਥੇ ਆਪਾਂ ਓਪੀਓਇਡ ਕ੍ਰਾਈਸਿਸ ਦੀ ਗੱਲ ਕੀਤੀ ਹੈ ਜੋ ਜਿੰਨੇ ਡਿਸਪੋਰਪੋਰਸ਼ਨੇਟ ਨੰਬਰ ਆਫ ਆਫਰੀਕਨ ਅਮਰੀਕਨ ਨੋਡ ਜਵਾਨ ਜੋ ਜੇਲ੍ਹਾਂ ਵਿੱਚ ਬੈਠੇ ਹੋਏ ਐ ਮਾਈਨਰ ਡਰਗ ਅਫੈਂਸਸ ਕਰਕੇ ਉਹਨਾਂ ਤੇ ਆਲਰੇਡੀ ਇਹ ਜੋ ਵਾਰੰਟ ਡਰਗਸ ਐ ਕਿੰਨੀ ਭਾਰੀ ਪੈ ਰਹੀ ਐ ਆਮ ਨਾਟ ਨੈਸੈਸਰਲੀ ਉਹਨਾਂ ਨੇ ਡਰਗ ਨੂੰ ਇਸ ਤਰ੍ਹਾਂ ਯੂਜ਼ ਕੀਤਾ ਐ ਕਿ ਉਹ ਬਹੁਤ ਹੀ ਕੋਈ ਵੱਡੇ ਲੈਵਲ ਤੇ ਡਰਗ ਐਡਿਕਟਸ ਐ ਬਟ ਇੱਥੇ ਆਪਾਂ ਇੱਕ ਕੰਪੈਰੀਸਨ ਦੀ ਤੌਰ ਤੇ ਅਗਰ ਗੱਲ ਕਰ ਰਹੇ ਹਾਂ ਰਾਈਟ ਇਸ ਕੰਟਰੀ ਦੇ ਵਿੱਚ ਮੋਸਟ ਕੰਟਰੀਜ਼ ਦੇ ਵਿੱਚ ਸ਼ਰਾਬ ਵੀ ਲੀਗਲ ਐ ਅਗਰ ਤੁਸੀਂ ਸ਼ਰਾਬ ਦੀ ਗੱਲ ਕਰੋ ਸ਼ਰਾਬ ਗਵਰਨਮੈਂਟ ਰੈਗੂਲੇਟ ਕਰਦੀ ਹੈ ਤੁਸੀਂ ਸਟੋਰ ਵਿੱਚ ਜਾਂਦੇ ਹੋ ਤੁਸੀਂ ਹਾਰਡ ਲਿਕਰ ਲੈਂਦੇ ਹੋ ਤੁਹਾਨੂੰ ਪਤਾ ਹੈ ਕਿ ਇਹ ਬ੍ਰਾਂਡਸ ਹੈਗੇ ਇਹ ਵਧੀਆ ਬ੍ਰਾਂਡ ਹੈ ਲਿਕਰ ਦਾ ਇਹ ਮਾੜਾ ਬ੍ਰਾਂਡ ਹੈ ਪਰ ਤੁਹਾਨੂੰ ਬ੍ਰਾਂਡ ਪਤਾ ਹੈ ਕਿ ਇਹ ਅਫੀਸ਼ੀਅਲ ਤੌਰ ਤੇ ਇੱਕ ਸਟੋਰ ਵੇਚ ਰਿਹਾ ਸਾਨੂੰ ਵਾਈਨ ਨੂੰ ਸੇਮ ਥਿੰਗ ਕਿ ਤੁਹਾਨੂੰ ਪਤਾ ਹੈ ਕਿ ਕਿਥੋਂ ਬਣ ਕੇ ਆਈ ਹੈ ਕਿਸੇ ਵਧੀਆ ਜਗ੍ਹਾ ਤੋਂ ਬਣ ਕੇ ਆਈ ਹੈ ਰਾਈਟ ਸੇਮ ਥਿੰਗ ਤੁਸੀਂ ਬੀਅਰ ਲੈਂਡ ਜਾਂਦੇ ਤੁਹਾਨੂੰ ਪਤਾ ਹੈ ਬੀਅਰ ਕੰਪਨੀ ਹੈਗੀ ਹਾਈ ਨਿਕਨ ਹੈ ਬਰ ਡਵਾਈਜ਼ਰ ਇੱਕ ਕੰਪਨੀ ਸਾਪਾਂ ਜਾਣਦੇ ਆ ਇਹਨੂੰ ਰਾਈਟ ਉਹ ਚੀਜ਼ ਨੂੰ ਗਵਰਨਮੈਂਟ ਰੈਗੂਲੇਟ ਕਰਦੀ ਹੈ ਕਿ ਕੋਈ ਇਹੋ ਜੀ ਬੀਅਰ ਨਾ ਹੋਏ ਜੋ ਤੁਹਾਨੂੰ ਮਾਰ ਸਕਦੀ ਹੈ ਰਾਈਟ ਉਸ ਚੀਜ਼ ਨੂੰ ਜਦੋਂ ਵੀ ਤੁਸੀਂ ਖਰੀਦਦੇ ਹੋ ਗਵਰਨਮੈਂਟ ਟੈਕਸ ਕਰਦੀ ਹੈ ਠੀਕ ਹੈ ਜੀ ਉਹ ਟੈਕਸ ਰੈਵਨਿਊ ਵਕ ਵਕ ਗਵਰਨਮੈਂਟਸ ਨੂੰ ਫਾਇਦਾ ਦਿੰਦਾ ਹੈ ਉਹਨਾਂ ਦੇ ਬਜਟਸ ਨੂੰ ਉਹ ਪੈਸੇ ਵੈਲਿਊਏਬਲ ਹੁੰਦੇ ਐ ਇਸ ਕਰਕੇ ਉਹ ਇੰਨੇ ਭਾਰੀ ਟੈਕਸ ਲਾਂਦੇ ਐ ਇਹਨਾਂ ਤੇ ਰਾਈਟ ਜਦੋਂ ਕੋਈ ਬੰਦਾ ਅਲਕੋਹਲ ਦੇ ਨਾਲ ਜ਼ਿਆਦਾ ਪ੍ਰਭਾਵਿਕ ਹੋ ਜਾਂਦਾ ਹੈ ਅਲਕੋਹਲ ਐਡਿਕਟਡ ਬਣ ਜਾਂਦਾ ਹੈ ਸ਼ਰਾਬੀ ਬਣ ਜਾਂਦਾ ਹੈ ਉਹਦੇ ਲਈ ਅਮਰੀਕਾ ਦੇ ਵਿੱਚ ਏਟਲੀਸਟ ਕਿੰਨੇ ਰਿਸੋਰਸਸ ਹਨ ਤੁਸੀਂ ਅਲਕੋਹਲ ਅਨੋਨਿਮਸ ਤੇ ਜਾ ਸਕਦੇ ਹੋ ਤੁਸੀਂ ਹਸਪੀਟਲ ਜਾ ਸਕਦੇ ਹੋ ਤੁਸੀਂ ਲੋਕਲ ਡਾਕਟਰ ਕੋਲ ਜਾ ਸਕਦੇ ਹੋ ਉਹ ਤੁਹਾਨੂੰ ਹੈਲਪ ਕਰਦੇ ਐ ਇਸ ਚੀਜ਼ ਨੂੰ ਟਰੀਟ ਕਰਨ ਲਈ ਅਗਰ ਤੁਸੀਂ ਆਪਣੀ ਸ਼ਰਾਬ ਨੂੰ ਕੰਟਰੋਲ ਵਿੱਚ ਨਹੀਂ ਰੱਖ ਸਕਦੇ ਤਾਂ ਉਹਦੇ ਕੋਲ ਆਪਸ਼ਨਸ ਹੈਗੇ ਬਟ ਜੋ ਬਾਕੀ ਡਰੱਗਸ ਦੀ ਆਪਾਂ ਗੱਲ ਕਰ ਰਹੇ ਆ ਆ ਇਹਨਾਂ ਦੀ ਜੋ ਕ੍ਰਿਮੀਨਲਾਈਜ਼ੇਸ਼ਨ ਹੈਗੀ ਖਾਸ ਕਰਕੇ ਮੈਰੋਵਾਨਾ ਅਗਰ ਆਪਾਂ ਛੋਟੇ ਡਰੱਗ ਦੀ ਗੱਲ ਕਰਦੇ ਆ ਛੋਟੇ ਐਜ਼ ਇਨ ਦਾ ਕਲਾਸੀਫਿਕੇਸ਼ਨ ਅਕੋਰਡਿੰਗ ਟੂ ਦਾ ਗਵਰਨਮੈਂਟ ਆ ਛੋਟੇ ਲੈਵਲ ਦਾ ਡਰੱਗ ਕੋਲੋਰਡੋ ਦੇ ਵਿੱਚ ਜਦੋਂ ਇਹਨਾਂ ਨੇ ਪਿਛਲੇ 2 ਸਾਲ ਪਹਿਲੇ ਮੈਰੋਵਾਨਾ ਨੂੰ ਲੀਗਲਾਈਜ਼ ਕੀਤਾ ਸੀ ਨਾ ਡੀਕ੍ਰਿਮੀਨਲਾਈਜ਼ ਲੀਗਲਾਈਜ਼ ਕੀਤਾ ਸੀ ਤੁਸੀਂ ਸਟੋਰ ਤੇ ਜਾ ਕੇ ਡਿਸਪੈਂਸਰੀ ਤੇ ਖਰੀਦ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਸ਼ਰਾਬ ਖਰੀਦਦੇ ਹੋ ਉਸ ਸੇਲ ਦੇ ਉੱਤੇ ਇੱਕ ਤਾਂ ਗਵਰਨਮੈਂਟ ਨੇ ਸਭ ਤੋਂ ਪਹਿਲੇ ਰੈਗੂਲੇਟ ਕੀਤਾ ਕਿ ਇਹ ਮੈਰੋਵਾਨਾ ਆ ਕਿੱਥੋਂ ਰਹੀ ਹੈ ਕਿ ਇਹ ਕੁਝ ਫਾਰਮਸ ਇਸ ਰੈਗੂਲੇਟਡ এনवायरमेंट ਦੇ ਵਿੱਚ ਇਹਨੂੰ ਬਣਾਣਗੇ ਤੇ ਇਹ ਕੁਝ ਡਿਸਪੈਂਸਰੀਜ਼ ਇੱਕ ਰੈਗੂਲੇਟਡ এনवायरमेंट ਦੇ ਵਿੱਚ ਇਹਨੂੰ ਵੇਚਣਗੇ ਤੇ ਉਹਦਾ ਜੋ ਸੇਲ ਹੋਏਗਾ ਉਹਦਾ ਟੈਕਸ ਰੈਵਨਿਊ ਵਾਪਸ ਗਵਰਨਮੈਂਟ ਕੋਲ ਆਊਗਾ ਕਾਲੋਰਾਡੋ ਦੇ ਵਿੱਚ ਜੋ ਮੈਰੋਵਾਨਾ ਦਾ ਟੈਕਸ ਰੈਵਨਿਊ ਹੈ ਇਨਾ ਫਾਇਦੇਮੰਦ ਪ੍ਰੂਫ ਹੋਇਆ ਹੈ ਜਿੱਥੇ ਉਹਨਾਂ ਦੇ ਰੈਵਨਿਊਜ਼ ਦੇ ਵਿੱਚ ਕਮੀਆਂ ਸੀਗੀਆਂ ਉਸ ਮੈਰੋਵਾਨਾ ਟੈਕਸ ਰੈਵਨਿਊ ਨਾ ਕਿ ਉਸ ਕਮੀ ਨੂੰ ਪੂਰਾ ਕੀਤਾ ਇਨਫੈਕਟ ਉਹਨਾਂ ਨੂੰ ਸਰਪਲਸ ਦਿੱਤਾ ਸੋ ਮੈਂ ਤੁਹਾਡੇ ਲਈ ਇਹ ਆਰਗੂਮੈਂਟ ਸਿਰਫ ਇਸ ਕਰਕੇ ਲੈ ਕਰ ਰਹੀ ਹਾਂ ਬਿਕਾਜ਼ ਵਾਂਸ ਅਗੇਨ ਹਰ ਇੱਕ ਚੀਜ਼ ਦੇ ਦੋ ਪੱਖ ਹੁੰਦੇ ਆ ਸਾਨੂੰ ਪਤਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਬਟ ਜੋ ਸਿਸਟਮ ਇਸ ਕੰਟਰੀ ਦੇ ਵਿੱਚ ਪਿਛਲੇ 40-50 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਲੋਕਾਂ ਨੂੰ ਦੂਰ ਕਰਨ ਲਈ ਉਹਦੇ ਜ਼ਿਆਦਾ ਪੋਜ਼ਿਟਿਵ ਆਊਟਕਮਸ ਹਨ ਜਾਂ ਨੈਗੇਟਿਵ ਇੰਪੈਕਟਸ ਹਨ ਅਗਰ ਆਪਾਂ ਇਲਲੀਗਲ ਡਰੱਗਸ ਦੀ ਗੱਲ ਕਰਦੇ ਹਾਂ ਇਸ ਵੇਲੇ ਇਲਲੀਗਲ ਡਰੱਗਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਫਾਇਦਾ ਕਿੰਨੂੰ ਹੁੰਦਾ ਹੈ ਜੋ ਮਾਫੀਆ ਜੋ ਕਾਰਟਲ ਜੋ ਡਰੱਗ ਡੀਲਰਸ ਬਲੈਕ ਮਾਰਕੀਟ ਦੇ ਵਿੱਚ ਇਹਨਾਂ ਨੂੰ ਵੇਚਦੇ ਆ ਉਹਦੇ ਦਾ ਨਾ ਕੋਈ ਗਵਰਨਮੈਂਟ ਦਾ ਕੰਟਰੋਲ ਨਾ ਕੋਈ ਰੈਗੂਲੇਸ਼ਨ ਨਾ ਕੋਈ ਚੈੱਕ ਕਿ ਇਹ ਚੀਜ਼ ਸੇਫ ਹੈ ਉਹ ਕਿਸੇ ਵੀ ਲੈਬਰਾਟਰੀ ਦੇ ਵਿੱਚ ਕਿਸੇ ਵੀ ਇੰਗਰੀਡੀਅੰਟਸ ਦੇ ਨਾਲ ਉਹ ਡਰੱਗਸ ਨੂੰ ਕੱਟ-ਕੱਟ ਪਾਟ ਕੇ ਤੁਹਾਨੂੰ ਵੇਚ ਦਿੰਦੇ ਆ ਨਾ ਕੋਈ ਉਹਦਾ ਪ੍ਰਾਈਸ ਰੈਗੂਲੇਟਡ ਹੈ ਆਈ ਮੀਨ ਉਹ ਕੰਪਲੀਟਲੀ ਬਲੈਕ ਮਾਰਕੀਟ ਹੈ ਜਦੋਂ ਉਹ ਤੁਹਾਨੂੰ ਵੇਚਦੇ ਆ ਅਗਰ ਕੋਈ ਡਰੱਗੀ ਉਹਨੂੰ ਲੈਂਦਾ ਹੈ ਡਰੱਗੀ ਨੂੰ ਵੀ ਨੁਕਸਾਨ ਬਿਕੋਜ਼ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਲੈ ਰਹੇ ਹੋ ਰਾਈਟ ਕ੍ਰਿਮੀਨਲਸ ਨੂੰ ਫਾਇਦਾ बिकॉज ਉਹਨਾਂ ਦਾ ਪੈਸਾ ਬਣ ਰਿਹਾ ਹੈ ਉਹ ਪੈਸੇ ਤੇ ਕੋਈ ਟੈਕਸਿਸ ਵੀ ਨਹੀਂ ਹੈਗੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਸੋ ਦੈਟਸ ਵਾਟ ਆਈ ਵਾਂਟ ਟੂ ਆਸਕ ਕਿ ਜਦੋਂ ਆਪਾਂ ਪ੍ਰੋਸ ਐਂਡ ਕੌਨਸ ਦੀ ਗੱਲ ਕਰ ਰਹੇ ਹਾਂ ਇਹ ਜੋ ਨਵੀਂ ਡਰੱਗਸ ਨੂੰ ਲਾ ਕੇ ਰੈਗੂਲੇਸ਼ਨਸ ਡੀਕਰੀਸ ਹੋ ਰਹੀਆਂ ਇਸ ਕੰਟਰੀ ਦੇ ਵਿੱਚ ਇਹਦੇ ਲਈ ਸਾਨੂੰ ਸੋਚਣਾ ਪੈਣਾ ਹੈ ਕਿ ਕਿੰਨੂੰ ਫਾਇਦਾ ਹੋਏਗਾ ਕਿੰਨੂੰ ਨੁਕਸਾਨ ਅਗਰ ਆਪਾਂ ਨਸ਼ਿਆਂ ਦੀ ਗੱਲ ਕਰੀਏ ਅੱਜ ਦੀ ਡੇਟ ਵਿੱਚ ਕੋਈ ਕਮੀ ਹੈ ਲੋਕਾਂ ਨੂੰ ਨਸ਼ਿਆਂ ਦੀ ਅੱਜ ਤਾਂ ਸਭ ਕੁਝ ਇਲੀਗਲ ਹੈਗਾ ਫਿਰ ਵੀ ਕਿੰਨੇ ਲੋਕਾਂ ਨੂੰ ਨਸ਼ੇ ਹੈਗੇ ਰਾਈਟ ਐਡਿਕਟਡ ਹਨ ਬੱਚੇ ਐਡਿਕਟਡ ਹਨ ਇਹ ਤਾਂ ਪ੍ਰੋਬਲਮ ਪੂਰੀ ਦੁਨੀਆ ਵਿੱਚ ਸਾਨੂੰ ਵੇਖਣ ਨੂੰ ਮਿਲਦੀ ਹੈ ਸੋ ਮੇਬੀ ਜੋ ਸਾਡਾ ਇਸ ਪ੍ਰੋਬਲਮ ਦਾ ਸੋਲੂਸ਼ਨ ਹੈ ਸਾਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਇਹ ਸੋਲੂਸ਼ਨ ਸ਼ਾਇਦ ਸਹੀ ਨਹੀਂ ਹੈਗਾ ਸ਼ਾਇਦ ਇਸ ਪ੍ਰੋਬਲਮ ਨੂੰ ਟੈਕਲ ਕਰਨ ਲਈ ਸਾਨੂੰ ਕੋਈ ਵੱਖਰੇ ਤਰੀਕੇ ਨਾਲ ਸੋਲੂਸ਼ਨ ਲੱਭਣਾ ਪੈਣਾ ਹੈ ਮੇਬੀ ਓਰਗਨ ਸਟੇਟ ਇਸ ਆਨਟੂ ਸਮਥਿੰਗ ਸੋ ਵਨਸ ਅਗੇਨ ਦੇਖਦੇ ਆਂ ਇਹ ਚੀਜ਼ ਕਿਸ ਤਰ੍ਹਾਂ ਪਲੇਆਊਟ ਹੁੰਦੀ ਹੈ ਮੈਂ ਥੇ ਵੀ ਕਹਿਣਾ ਚਾਹੁੰਦੀ ਆਂ ਜਸਟ ਬਿਕੋਜ਼ ਕਿਸੇ ਇੱਕ ਸਟੇਟ ਨੇ ਕੋਈ ਮੈਜ਼ਰ ਪਾਸ ਕੀਤਾ ਇਟ ਡਸਨਟ ਮੀਨ ਇਮੀਡੀਏਟਲੀ ਉਹ ਇਨ ਅਫੈਕਟ ਹੋਏਗਾ ਜਿਸ ਤਰ੍ਹਾਂ ਨਿਊ ਜਰਸੀ ਦੇ ਵਿੱਚ ਮੈਰੀਵਾਨਾ ਨੂੰ ਲੀਗਲਾਈਜ਼ ਕੀਤਾ ਗਿਆ ਹੈ ਤਾਂ ਅਟਰਨੀ ਜਨਰਲ ਗੁਰਬੀਰ ਗਰੇਵਾਲ ਨੇ ਕਿਹਾ ਕਿ ਇਹਦਾ ਇਹ ਮਤਲਬ ਨਹੀਂ ਤੁਸੀਂ ਕੱਲ ਜਾ ਕੇ ਮੈਰੀਵਾਨਾ ਨੂੰ ਉਦਾਂ ਹੀ ਖੁੱਲੇ ਆਮ ਕਿਸੇ ਵੀ ਸਟੋਰ ਤੇ ਲੈ ਸਕਦੇ ਹੋ ਇਸ ਚੀਜ਼ ਨੂੰ ਟਾਈਮ ਲੱਗਦਾ ਹੈ ਸੋ ਦੇਖਦੇ ਆਂ ਕਿਸ ਤਰ੍ਹਾਂ ਇਹ ਚੀਜ਼ ਪਲੇਆਊਟ ਹੁੰਦੀ ਹੈ ਨਾ ਕਿ ਸਿਰਫ ਇਨਸਟੇਟ ਦੇ ਵਿੱਚ ਪਰ ਪੂਰੇ ਕੰਟਰੀ ਦੇ ਵਿੱਚ ਐਂਡ ਕੀਪ ਪ੍ਰੋਸ ਐਂਡ ਕੌਨਸ ਨਿਕਲਦੇ ਐ ਇਸ ਨਵੀਂ ਪਾਲਿਸੀ ਦੇ ਡਾਇਰੈਕਸ਼ਨ ਦੇ ਨਾਲ ਇਸ ਸ਼ੋ ਨੂੰ ਲੈ ਕੇ ਜਾਂ ਇਸ ਡਿਸਕਸ਼ਨ ਪੁਆਇੰਟ ਨੂੰ ਲੈ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਕਮੈਂਟ ਕਨਸਰਨਸ ਰੱਖ ਸਕਦੇ ਹੋ ਹਮੇਸ਼ਾ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ info@justbroadcasting.com ashmita@justbroadcasting.com ਹੋਪਫੁਲੀ ਸਾਨੂੰ ਜਲਦ ਪਤਾ ਲੱਗ ਜਾਊਗਾ ਕੌਣ ਇਸ ਕੰਟਰੀ ਦਾ ਨੈਕਸਟ ਪ੍ਰੈਜ਼ੀਡੈਂਟ ਬਣੂਗਾ ਬਟ ਅੱਜ ਸਾਡਾ ਸ਼ੋਅ ਇੱਥੇ ਹੀ ਸਮਾਪਤ ਹੁੰਦਾ ਹੈ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ